ਪੰਜਾਬੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲਾਂ ਬਾਤਾਂ ਕਰਾਂਗੇ ਨਾਲ ਨਾਲ ਉੱਡਦੀਆਂ ਖਬਰਾਂ ਜਿਹੜੀਆਂ ਅੱਜ ਹੁੰਦੀਆਂ ਉਹ ਥੋੜ੍ਹਾ ਬਹੁਤ ਰੰਗ ਜਮਾਉਂਦੀਆਂ ਖਬਰਾਂ ਵਿੱਚ ਜਿਹੜੀਆਂ, ਔਰ ਅੱਜ ਵਾਲੀਆਂ ਖਬਰਾਂ ਸੱਚੀਆਂ ਹੁੰਦੀਆਂ ਅਤੇ ਸ਼ੁੱਕਰਵਾਰ ਨੂੰ ਜਿਹੜੀਆਂ ਵੀਡੀਓ ਫੋਟੋ ਦਿਖਾਈ ਦੀਆਂ ਉਹ ਥੋੜ੍ਹੀਆਂ ਜਿਹੀਆਂ ਰਲੀਆਂ ਮਿਲੀਆਂ ਹੁੰਦੀਆਂ, ਤੜਕਾ ਤੁੜਕਾ ਲਾਇਆ ਹੁੰਦਾ ਥੋੜ੍ਹਾ ਬਹੁਤ, ਕਈ ਤਾਂ ਆਪ ਹੀ ਘਰੇ ਹੀ ਤੜਕਾ ਲਾ ਦਿੰਦੇ, ਫੋਟੋ ਚੰਗੀ ਭਲੀ ਹੁੰਦੀ ਹੈ, ਚੰਗੀ ਭਲੀ ਕਿਸੇ ਹੀਰੋਇਨ ਦੀ ਫੋਟੋ ਹੈ ਉੱਪਰ ਧੌਣ ਵੱਢ ਕੇ ਹੀਰੋ ਦੀ ਲਾ ਦਿੰਦੇ, ਪਤਾ ਨਹੀਂ ਕੀ ਲੱਭਦਾ ਇਹਨਾਂ ਨੂੰ। ਖੈਰ ਆਪਣਾ ਵਿਸ਼ਾ ਅੱਜ ਦਾ ਵੀ ਵਧੀਆ ਹੈਗਾ, ਨਾਲ ਦੀ ਨਾਲ ਗੱਲ ਕਰੀਏ ਉੱਡਦੀਆਂ ਖਬਰਾਂ ਦੀ, ਉਹਦੇ ਵਿੱਚ ਖਬਰਾਂ ਜਿਹੜੀਆਂ ਹੈਗੀਆਂ ਖਬਰਾਂ ਵੀ ਕਾਫੀ ਇੰਟਰਸਟਿੰਗ ਤੁਹਾਡੇ ਵਾਸਤੇ ਇਹ ਲਿਆਂਦੀਆਂ। ਸੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਬਿਨਾਂ ਦੇਰੀ ਦੇ ਉੱਡਦੀਆਂ ਖਬਰਾਂ। ਪਹਿਲੀ ਖਬਰ ਹੈ ਤਾਂ ਤਾਮਿਲਨਾਡੂ ਦੀ। ਤਾਮਿਲਨਾਡੂ ਦੇ ਵਿੱਚ ਮਤਲਬ ਸ਼ਹਿਰ ਪੈਂਦਾ ਕੋਈ ਤਾਮਿਲਨਾਡੂ ਦੇ ਵਿੱਚ ਤੀਰਪੁਰ ਇੱਕ ਜਗ੍ਹਾ, ਯਾਨੀ ਕਿ ਲੋਕ ਸਭਾ ਦੀ ਕੌਂਸਟੀਚੁਐਂਸੀ ਹੈਗੀ ਤੀਰਪੁਰ, ਉੱਥੋਂ ਦੇ ਇੱਕ ਉਮੀਦਵਾਰ ਨੇ ਸ਼ੇਖ ਦਾਊਦ। ਪੰਜਾਬ ਦੇ ਵਿੱਚ ਆਪਾਂ ਅਕਸਰ ਦੇਖਿਆ ਵੋਟਾਂ ਦੇ ਦਿਨਾਂ ਦੇ ਵਿੱਚ ਲੀਡਰਾਂ ਕੋਲੋਂ ਜੋ ਮੰਗ ਲਓ ਉਹ ਹਾਜ਼ਰ ਕਰ ਦਿੰਦੇ, ਕਹਿਣ ਤੋਂ ਭਾਵ ਹੈ ਵੋਟਾਂ ਵੇਲੇ ਉਹ ਗਧੇ ਨੂੰ ਵੀ ਬਾਪ ਬਣਾ ਲੈਂਦੇ ਨੇ ਅਤੇ ਵੋਟਾਂ ਤੋਂ ਬਾਅਦ ਬਾਪ ਨੂੰ ਵੀ ਕਈ ਵਾਰ ਗਧਾ ਕਹਿਣ ਵਿੱਚ ਹਿਚਕਚਾਉਂਦੇ ਨਹੀਂ ਹੈਗੇ। ਮੁੱਕਦੀ ਗੱਲ ਜੀ, ਵੋਟਾਂ ਮਿਲਣੀਆਂ ਚਾਹੀਦੀਆਂ, ਕਿੱਦਾਂ ਮਿਲਣੀਆਂ? ਪੰਜਾਬ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਵੋਟਾਂ ਮਿਲਣੀਆਂ ਚਾਹੀਦੀਆਂ, ਜਿਹੜੀ ਚੀਜ਼ ਮੰਗਦੇ ਦਿਓ। 50 ਲੱਖ ਸਮਾਰਟਫੋਨ ਅਨਾਊਂਸ ਕਰਤਾ, ਚਲੋ ਜੀ ਸਾਰਿਆਂ ਨੂੰ ਸਮਾਰਟਫੋਨ, ਕੁੜੀਆਂ ਨੂੰ ਸਕੂਟੀਆਂ। ਉਹ ਰਾਜਾ ਵੜਿੰਗ ਨੇ ਤਾਂ ਕਹਿੰਦਾ ਜੀ ਤੁਹਾਡੇ ਮੁੰਡੇ ਦੀ ਬਰਾਤ ਜਿਹੜੀ ਹੈਗੀ ਆ ਉਹ ਵੀ ਸਰਕਾਰੀ ਗੱਡੀਆਂ ਜਾਇਆ ਕਰੂਗੀ। ਇਹੋ ਜਿਹਾ ਲਾਲਚ ਦਿੰਦੇ ਨੇ ਵਿਆਹਾਂ ਦੇ ਉਹਦੇ ਵਿੱਚ, ਵੋਟਾਂ ਦੇ ਵਿੱਚ। ਪਰ ਤਾਮਿਲਨਾਡੂ ਦੇ ਜਿਹੜੇ ਮੈਂ ਗੱਲ ਕਰ ਰਿਹਾ ਤੀਰਪੁਰ ਦੇ ਇਸ ਇਲਾਕੇ ਦੀ, ਉਸ ਬੰਦੇ ਨੇ ਜਨਾਨੀਆਂ ਵਾਸਤੇ ਤਾਂ ਵਧੀਆ ਗੱਲ ਕੀਤੀ ਹੈ ਕਿ ਜੇ ਮੈਂ ਜਿੱਤ ਗਿਆ ਤਾਂ ਲੇਡੀਜ਼ ਨੂੰ 25,000 ਰੁਪਈਆ ਮਹੀਨਾ ਦੇਊਂਗਾ, ਬੜੀ ਚੰਗੀ ਗੱਲ ਹੈ। ਅਤੇ ਦੂਜਾ ਬੰਦਿਆਂ ਵਾਸਤੇ, ਜਿਵੇਂ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਸ਼ੁਰੂ ਹੋਈ ਹੈ, ਅਤੇ ਬੰਦਿਆਂ ਵਾਸਤੇ ਉਹਨੇ ਪਤਾ ਕੀ ਕੀਤਾ, ਪੰਜਾਬ ਦੇ ਵਿੱਚ ਤਾਂ ਦਾਰੂ ਦੀਆਂ ਬੋਤਲਾਂ ਪੇਟੀਆਂ ਜਿਹੜੀਆਂ ਹੈਗੀਆਂ ਉਹ ਲੁੱਕ ਕੇ ਵੋਟਾਂ ਦੇ ਵਿੱਚ ਵੰਡਦੇ ਨੇ, ਲੀਡਰ ਸਾਰੇ ਪਾਰਟੀਆਂ ਸਾਰੀਆਂ ਵੰਡਦੀਆਂ ਨੇ ਦਾਰੂ ਧੜਾ ਧੜ ਧੜਾ ਧੜ ਧੜਾ ਧੜ। ਇਹ ਭਾਈ ਸਾਹਿਬ ਕਹਿੰਦਾ ਵੀ 10 ਲੀਟਰ ਦਾਰੂ ਤੁਹਾਨੂੰ ਤੁਹਾਡੇ ਰਾਸ਼ਨ ਕਾਰਡ ਦੇ ਮਿਲਿਆ ਕਰੂ। ਵਾਹ 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 ਵਾਹ, ਉਹ ਵੋਟਾਂ ਲੈਣ ਵਾਲਿਓ, ਮਤਲਬ ਜਨਾਨੀਆਂ ਨੂੰ ਖੁਸ਼ ਕਰਤਾ 25,000 ਰੁਪਏ ਦੇ ਕੇ, ਬੰਦਿਆਂ ਨੂੰ ਖੁਸ਼ ਕਰਤਾ ਵੀ 10 ਲੀਟਰ ਦਾਰੂ ਜਿਵੇਂ ਤੁਸੀਂ ਕਣਕ ਆਟਾ ਲੈਂਦੇ ਆ ਇਹਦੇ 'ਤੇ ਰਾਸ਼ਨ ਕਾਰਡ 'ਤੇ ਉਵੇਂ ਮਿਲਿਆ ਕਰੂਗੀ। ਇਹ ਭਾਈ ਸਾਹਿਬ ਨੇ ਬਹੁਤ ਰਿਝਾਉਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ, ਔਰ ਮੇਰਾ ਖਿਆਲ ਹੈ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਤਰੱਕੀ ਕਰ ਜੂਗਾ, ਵੋਟਾਂ ਵੋਟਾਂ ਵਾਲਾ ਕੰਮ ਜਿਹੜਾ ਵੋਟਾਂ ਦੇ ਵਿੱਚ ਲਾਲਚ ਹੈਗਾ ਹੋਰ ਵੀ ਦੇ ਦਿਆ ਕਰਨਗੇ, ਜਾਂ ਇਹ ਹੋ ਸਕਦਾ ਲੀਡਰ ਆਉਣ ਵਾਲੇ ਸਮੇਂ 'ਚ ਕਹਿਣ ਜੀ ਅਸੀਂ ਵੋਟਾਂ ਸਾਨੂੰ ਪਾਇਓ, 2-2 ਤੋਲੇ ਸੋਨਾ ਦੇਵਾਂਗੇ ਜਨਾਨੀਆਂ ਨੂੰ, ਅਤੇ ਲਓ ਜੀ ਵੋਟਾਂ ਧੜ ਧੜ ਸ਼ੁਰੂ ਹੋਣੀਆਂ। ਔਰ ਇਹ ਇਸ ਹੱਦ ਤੱਕ ਚਲੇ ਜਾਂਦੇ ਨੇ ਅਨਾਊਂਸ ਕਰਨ ਵੇਲੇ, ਇਹ ਸੋਚਦੇ ਹੀ ਨਹੀਂ ਵੀ ਇਹ ਮੰਗ ਜਿਹੜੀ ਹੈ ਜਿਹੜੀ ਅਸੀਂ ਅਨਾਊਂਸ ਕਰ ਰਹੇ ਹਾਂ, ਐਲਾਨ ਕਰ ਰਹੇ, ਪੂਰਾ ਹੋਊ ਕਿ ਨਹੀਂ ਹੋਊਗਾ। ਸੋ ਭਾਈ 10 ਲੀਟਰ ਸ਼ਰਾਬ ਵਾਲੀ ਗੱਲ ਜਿਹੜੀ ਆ ਪੰਜਾਬ ਦੇ ਲੀਡਰਾਂ ਨੂੰ ਨਾ ਪਤਾ ਲੱਗ ਜੇ, ਨਹੀਂ ਤਾਂ ਪੰਜਾਬ ਸਰਕਾਰ ਨੇ ਵੀ ਰਾਸ਼ਨ ਕਾਰਡ ਦੇ ਕਰ ਦੇਣੀ ਆ। ਲਓ ਜੀ ਅਗਲੀ ਖਬਰ ਪੜ੍ਹਦੇ ਹਾਂ। ਅਗਲੀ ਖਬਰ ਜਿਹੜੀ ਹੈਗੀ ਹੈ ਜੀ, ਇੱਕ ਮੁੰਬਈ ਦੇ ਵਿੱਚ ਸਭ ਤੋਂ ਮਹਿੰਗੀ ਟੋਇਲਟ ਬਣੀ ਹੈ, ਮੁੰਬਈ ਦੇ ਵਿੱਚ ਇੱਕ ਟੋਇਲਟ ਬਣੀ ਹੈ ਸਭ ਤੋਂ ਮਹਿੰਗੀ। ਕਿਹਾ ਇਹ ਜਾਂਦਾ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਮਹਿੰਗੀ ਪਬਲਿਕ ਟੋਇਲਟ ਜਿਹੜੀ ਅਸੀਂ ਬੱਸ ਸਟੈਂਡਾਂ 'ਤੇ ਦੇਖਦੇ ਹਾਂ, ਰੇਲਵੇ ਸਟੇਸ਼ਨਾਂ ਦੇਖਦੇ ਹਾਂ ਆਮ ਤੌਰ 'ਤੇ, ਕੀ ਹਾਲ ਹੁੰਦਾ? ਅੱਜ ਕੱਲ੍ਹ ਥੋੜ੍ਹਾ ਸੁਧਾਰ ਹੋਇਆ, ਆਮ ਤੌਰ 'ਤੇ ਕੀ ਹਾਲ ਹੁੰਦਾ? ਉੱਥੇ ਨੱਕ 'ਤੇ ਕੱਪੜਾ ਬੰਨ੍ਹ ਕੇ ਜਾਣਾ ਪੈਂਦਾ ਜੇ ਜਾਣਾ ਹੋਵੇ, ਕਿਸੇ ਕੋ ਜ਼ਰੂਰੀ ਕੰਮ ਪੈ ਜੇ ਕਿਤੇ, ਰੱਬ ਨਾ ਕਰੇ ਬੱਸ ਸਟੈਂਡ 'ਤੇ ਜਾਂ ਰੇਲਵੇ ਸਟੇਸ਼ਨ 'ਤੇ, ਇੰਨਾ ਕੁ ਬੁਰਾ ਹਾਲ ਹੁੰਦਾ ਅਤੇ ਮਸੀਂ ਬੰਦਾ ਅੰਦਰ ਜਾਂਦਾ ਸੀ ਅਤੇ ਮਸੀਂ ਬੰਦਾ ਬਾਹਰ ਆਉਂਦਾ ਸੀਗਾ। ਅੰਦਰ ਕਿਸੇ ਵੀ ਰੇਲਵੇ ਸਟੇਸ਼ਨ 'ਤੇ ਚਲ ਜਾਓ, ਬਾਥਰੂਮ ਦੇ ਅੰਦਰ ਪਹਿਲਾਂ ਤਾਂ ਲਿਖ ਲਿਖ ਕੇ ਲੋਕਾਂ ਨੇ ਭਰੇ ਹੁੰਦੇ ਆ ਪੁੱਠਾ ਸਿੱਧਾ, ਫਿਰ ਪਾਨ ਖਾਣ ਵਾਲਿਆਂ ਨੇ ਉਹ ਪਿਚਕਾਰੀਆਂ ਮਾਰ ਮਾਰ ਕੇ ਨਕਸ਼ੇ ਬਣਾਏ ਹੁੰਦੇ ਕੰਧਾਂ ਦੇ ਨਾ, ਜਿਹਦਾ ਹਿਸਾਬ ਕੋਈ ਨਹੀਂ। ਪਰ ਪਹਿਲਾ ਸਭ ਤੋਂ ਮਹਿੰਗਾ ਟੋਇਲਟ ਜਿਹੜੀ ਹੈਗੀ ਆ 90 ਲੱਖ ਰੁਪਈਆ ਕਹਿੰਦੇ ਇਹ 'ਤੇ ਲੱਗਿਆ, ਸਰਕਾਰੀ ਟੋਇਲਟ ਬਣੀ ਇਹ 90 ਲੱਖ ਰੁਪਈਆ। ਹੁਣ ਕਹਿਣ ਨੂੰ ਖਬਰ ਆ ਗਈ, ਬੜੀ ਵੱਡੀ ਅਖਬਾਰਾਂ ਦੀ ਖਬਰ ਬਣ ਗਈ, ਉਹਦਾ ਉਦਘਾਟਨ ਵੀ ਕਰਤਾ। ਮੁੱਕਦੀ ਗੱਲ ਤਾਂ ਇਹ ਹੈ ਵੀ ਉਹ 90 ਲੱਖ ਰੁਪਈਆ ਲੱਗਿਆ ਵੀ ਆ ਕਿ ਸਰਕਾਰੀ ਤੌਰ 'ਤੇ ਲੱਗਿਆ, ਉੱਦਾਂ ਘੱਟ ਹੀ ਲੱਗੇ ਹੁਣ, ਇਹ ਵੀ ਹੋ ਸਕਦਾ।
ਇਹ ਵੀ ਹੋ ਸਕਦਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਮਤਲਬ ਕਿ ਜੇ ਲੀਡਰਾਂ ਦੀ ਗੱਡੀ ਜਿਹੜੀ ਹੈਗੀ ਆ ਉਹ ਇੱਕ ਦਿਨ ਦਾ ਤੇਲ ਉਨਾ ਉਹਦਾ ਪਾ ਦਿੰਦੇ ਕਾਗਜ਼ਾਂ ਦੇ ਵਿੱਚ, ਇੱਕ ਦਿਨ ਦਾ ਮਹੀਨੇ ਦਾ ਤੇਲ ਉਨਾ ਪਾ ਦਿੰਦੇ ਆ, ਜੇ ਗੱਡੀ 24 ਘੰਟੇ ਵੀ ਚਲਾਈ ਜਾਓ, 24 ਘੰਟੇ ਗੱਡੀ ਚਲਾਈ ਜਾਓ ਤਾਂ ਫਿਰ ਵੀ ਤੇਲ ਉਨੇ ਦਾ ਨਹੀਂ ਪੈਂਦਾ ਜਿੰਨੇ ਦਾ ਉਹ ਕਾਗਜ਼ਾਂ 'ਚ ਪਾ ਦਿੰਦੇ ਨੇ। ਇਹ ਵੀ ਭਾਈ ਹੋ ਸਕਦਾ 90 ਲੱਖ ਕਾਗਜ਼ਾਂ 'ਚ ਪਾਇਆ ਹੋਵੇ, ਉਹ ਥੋੜ੍ਹਾ ਬਹੁਤ ਘੱਟ ਲੱਗਿਆ ਹੋਵੇ, ਵੈਸੇ ਸੋਚਣ ਵਾਲੀ ਗੱਲ ਹੈ। ਇੰਨੇ ਪੈਸੇ ਟੋਇਲਟ 'ਤੇ ਲਾਉਣ ਦੀ ਬਜਾਏ ਕਿਸੇ ਚਾਈ ਦੇ ਕੰਮ 'ਤੇ ਲਾ ਦਿੰਦੇ। ਵੈਸੇ ਤਾਂ ਜੀ ਆਪੋ ਆਪਣਾ ਸ਼ੌਕ ਹੁੰਦਾ, ਜਿੰਮੀ ਸਾਡਾ ਜਿਹੜਾ ਹੈਗਾ ਇੰਡੀਆ ਉਹਨਾਂ ਨੇ ਘਰ ਬਣਾਇਆ ਅਤੇ ਉਹ ਵੀ ਦੱਸਦਾ ਸੀ ਵੀ ਟੋਇਲਟ ਦੇ ਉੱਤੇ ਉਹਨਾਂ ਨੇ ਵੀ ਬਹੁਤ ਪੈਸੇ ਲਾਏ, ਪਤਾ ਨਹੀਂ ਕਹਿੰਦਾ ਵੀ ਜਰਮਨ ਤੋਂ ਟੋਇਲਟ ਸ਼ੀਟ ਜਿਹੜੀ ਹੈਗੀ ਆ ਮੰਗਾਈ ਹੈ, ਦੱਸਦਾ ਸੀ ਵੀ 7-8 ਲੱਖ ਰੁਪਈਆ, ਤਾਂ ਕਹਿੰਦਾ ਉਹਨਾਂ ਦਾ ਟੋਇਲਟ 'ਤੇ ਲੱਗ ਗਿਆ ਕਿਤੇ ਵੀ, ਇੰਨਾ ਮਹਿੰਗਾ ਸਮਾਨ ਕਹਿੰਦਾ ਲਾਇਆ ਜਿੰਮੀ ਕਹਿੰਦਾ ਸੀ। ਪਰ ਮੈਂ ਉਹਨਾਂ ਕਿਹਾ ਭਰਾ ਸੋਚਣ ਵਾਲੀ ਗੱਲ ਇਹ ਹੈ ਵੀ ਇੰਨਾ ਮਹਿੰਗਾ ਸਮਾਨ, ਇੰਨਾ ਮਹਿੰਗਾ, ਇੰਨਾ ਖਰਚਾ ਕਰਨ ਦੀ ਕੀ ਲੋੜ ਹੈ ਟੋਇਲਟ 'ਤੇ? ਕੰਮ ਤਾਂ ਉਹੀ ਕਰਨਾ ਜਿਹੜਾ ਆਪਾਂ ਕਰਦੇ ਹਾਂ, ਉਦੋਂ ਉੱਪਰ ਤਾਂ ਕੁਛ ਕਰਨਾ ਨਹੀਂ। ਉੱਥੇ ਬੈਠ ਕੇ ਗੰਦ ਹੀ ਪਾਉਣਾ ਹੁੰਦਾ, ਕਿਹੜਾ ਬੈਠ ਕੇ ਪਰੌਂਠੇ ਖਾਣੇ ਹੁੰਦੇ ਆ, ਜਿਹੜੇ ਇੰਨਾ ਖਰਚਾ ਕਰੀ ਜਾਂਦੇ। ਚਲੋ ਜੀ ਆਪੋ ਆਪਣੇ ਸ਼ੌਕ ਦੀ ਗੱਲ ਹੁੰਦੀ, ਸ਼ੌਕ ਦਾ ਕੋਈ ਮੁੱਲ ਨਹੀਂ ਹੈਗਾ। ਅਗਲੀ ਖਬਰ ਵੀ ਬੜੀ ਕਮਾਲ ਦੀ ਹੈ, ਆਂਧਰਾ ਪ੍ਰਦੇਸ਼ ਦੀ। ਵੈਸੇ ਇਹ ਕਈ ਚੀਜ਼ਾਂ ਹੈਗੀਆਂ, ਖਬਰਾਂ ਸੱਚੀਆਂ ਹੈਗੀਆਂ ਅਤੇ ਸੈਗੀਆਂ ਭਾਰਤ ਦੀਆਂ ਹੀ ਹੈਗੀਆਂ। ਆਪਾਂ ਕਹਿੰਦੇ ਵੀ ਬੰਦਿਆਂ ਵਾਸਤੇ ਪੜ੍ਹਾਈ ਜ਼ਰੂਰੀ ਹੈ, ਜਵਾਕ ਜੇ ਕੋਈ ਨਹੀਂ ਪੜ੍ਹਦਾ ਤਾਂ ਘਰ ਦੇ ਕਹਿੰਦੇ ਪੜ੍ਹ ਲਾ 4 ਅੱਖਰ ਕਿਤੇ ਕੰਮ ਆਉਣਗੇ, ਹੈਂਜੀ। ਅਤੇ ਇਹ ਜੇ ਆਂਧਰਾ ਪ੍ਰਦੇਸ਼ ਦੀ ਖਬਰ ਦੀ ਗੱਲ ਕਰੀਏ ਤਾਂ ਉੱਥੇ ਮੈਨੂੰ ਲੱਗਦਾ ਜਿਹੜੇ ਜਾਨਵਰ ਹੈਗੇ ਨੇ ਉਹਨਾਂ ਨੇ ਵੀ ਪੜ੍ਹਨ ਦੀ ਠਾਣ ਲਈ ਹੈ, ਉਹ ਵੀ ਸਕੂਲੇ ਜਾਣ ਲੱਗ ਪਏ ਨੇ। ਬਿਲਕੁਲ ਸੱਚੀ ਖਬਰ ਹੈ ਔਰ ਹੈਰਾਨੀ ਵਾਲੀ ਖਬਰ ਹੈ ਜਦੋਂ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਇੱਕ ਬਾਂਦਰੀ ਹੈ ਜੋ ਕਿ ਬਕਾਇਦਾ ਸਕੂਲ ਦੇ ਵਿੱਚ ਜਾ ਕੇ ਕਲਾਸਾਂ ਲਾਉਂਦੀ ਹੈ, ਲਕਸ਼ਮੀ ਇਹਦਾ ਨਾਂ ਆ। ਫੋਟੋਆਂ ਜਿਵੇਂ ਸਾਹਿਬ ਦਿਖਾ ਰਹੇ ਹੋਣੇ ਆ, ਲਕਸ਼ਮੀ ਇਹਦਾ ਨਾਂ ਆ। ਉਹ ਦੱਸਦੇ ਨੇ ਉਹ ਜਿਹੜੇ ਟੀਚਰ ਵਗੈਰਾ ਜਾਂ ਉੱਥੋਂ ਸਕੂਲ ਵਾਲੇ ਬੰਦੇ ਵੀ ਇਹ ਸਕੂਲ ਦੇ ਵਿੱਚ ਜਦੋਂ ਕਲਾਸ ਲੱਗਦੀ ਸੀ ਇਹ ਭੱਜ ਕੇ ਕਲਾਸ ਵੱਲ ਨੂੰ ਆ ਜਾਂਦੀ ਸੀਗੀ, ਬੱਚੇ ਡਰ ਜਾਂਦੇ ਸੀ, ਬੱਚੇ ਡਰਦੇ ਅੰਦਰੋਂ ਕਲਾਸਰੂਮ ਦਾ ਕੁੰਡਾ ਜਿਹੜਾ ਉਹ ਲਾ ਲੈਂਦੇ ਸੀਗੇ ਵੀ ਇਹ ਨੁਕਸਾਨ ਨਾ ਪਹੁੰਚਾਵੇ ਕਿਤੇ। ਪਰ ਹੈਰਾਨ ਉਦੋਂ ਹੋਏ ਉਹ ਵੀ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਤਾਂ ਕਲਾਸ ਲਾ ਕੇ ਅੰਦਰ ਮਾਸਟਰ ਪੜ੍ਹਾਈ ਜਾਂਦਾ ਹੈ, ਅਤੇ ਉਹ ਬਾਂਦਰੀ ਜਿਹੜੀ ਹੈਗੀ ਉਹ ਕਲਾਸ ਦੇ ਬਾਹਰ ਦਰਵਾਜ਼ੇ ਕੋਲ ਬੈਠੀ ਰਹਿੰਦੀ ਸੀ ਜਿੰਨੇ ਦੇਰ ਕਲਾਸ ਲੱਗੀ ਹੁੰਦੀ ਸੀ। ਜਦੋਂ ਉਹਨਾਂ ਨੇ ਦੇਖਿਆ ਵੀ ਇਹਦਾ ਪੜ੍ਹਨ ਦੇ ਵਿੱਚ ਇੰਟਰਸਟ ਹੀ ਕਾਫੀ, ਇਹਨਾਂ ਦਾ ਨਿਆਣਿਆਂ ਦਾ ਨਹੀਂ ਹੈਗਾ ਜਿੰਨਾ ਇਹਦਾ ਹੈਗਾ, ਫਿਰ ਉਹਨਾਂ ਨੇ ਦਰਵਾਜ਼ਾ ਖੋਲ੍ਹਤਾ ਅਤੇ ਉਹ ਚੁੱਪ ਚਾਪ ਆ ਕੇ ਬੱਚਿਆਂ ਦੇ ਵਿੱਚ ਬਹਿ ਜਾਂਦੀ ਸੀ, ਅਤੇ ਜਿੰਨੀ ਦੇਰ ਮਾਸਟਰ ਪੜ੍ਹਾਉਂਦਾ ਉਨੀ ਦੇਰ ਚੰਗੀ ਤਰ੍ਹਾਂ ਧਿਆਨ ਦੇ ਨਾਲ ਉਹਦੀ ਗੱਲ ਸੁਣਦੀ ਸੀ। ਫਿਰ ਹੌਲੀ ਹੌਲੀ ਇੰਨਾ ਕੁ ਘੁਲ ਮਿਲ ਗਈ ਕਹਿੰਦੇ ਜੀ ਇਹ ਬੱਚਿਆਂ ਦੇ ਵਿੱਚ ਕਿ ਲੰਚ ਵਗੈਰਾ ਵੀ ਇਹ ਬੱਚਿਆਂ ਦੇ ਨਾਲ ਕਰਨ ਲੱਗ ਪਈ। ਸੋ ਜੀ ਹੁਣ ਦੇਖੋ, ਹਜੇ ਕਹਿੰਦੇ ਹਿੰਦੁਸਤਾਨ ਤਰੱਕੀ ਨਹੀਂ ਕਰੀ, ਭਾਰਤ ਨੇ ਤਰੱਕੀ ਨਹੀਂ ਕਰੀ, ਇਦੋਂ ਵੱਧ ਤਰੱਕੀ ਹੋਊ ਜਿੱਥੇ ਬਾਂਦਰ ਪੜ੍ਹੇ ਲਿਖੇ ਹੋ ਗਏ, ਉੱਥੇ ਤਰੱਕੀ ਵਾਲੀ ਹੋਰ ਕਿਹੜੀ ਕਸਰ ਰਹਿ ਗਈ? ਦੇਖੋ ਬਾਂਦਰ ਜੇ ਇੱਕ ਗਈ ਹੈ ਬਾਂਦਰੀ ਤਾਂ ਗਾਂਹ ਉਹਦੇ ਪਰਿਵਾਰ ਦੇ ਮੈਂਬਰ ਵੀ ਹੋ ਸਕਦੇ ਵੀ ਇਹ ਸਿਆਣੀ ਹੋ ਗਈ ਸਕੂਲੇ ਜਾ ਕੇ ਚੰਗੀਆਂ ਗੱਲਾਂ ਕਰਨ ਲੱਗ ਪਈ ਹੈ, ਤਾਂ ਸਕੂਲੇ ਜਾਂ ਜਦੋਂ ਸਕੂਲੇ ਜਾਣ ਲੱਗੀ ਹੈ ਜਾਂ ਘਰ ਦਾ ਕੰਮ ਵਧੀਆ ਕਰਨ ਲੱਗ ਪਈ ਇਹ, ਤਾਂ ਬਾਕੀ ਪਰਿਵਾਰ ਦੇ ਮੈਂਬਰ ਵੀ ਸਕੂਲੇ ਜਾਣ ਲੱਗ ਪੈਣਗੇ। ਸੋ ਫਿਰ ਇਹ ਹੋ ਜਾਏਗਾ ਭਾਰਤ ਦੇ ਵਿੱਚ ਵੀ ਉੱਥੇ ਬੰਦੇ ਦਾ ਕੀ, ਜਾਨਵਰ ਵੀ ਪੜ੍ਹੇ ਲਿਖੇ ਹੈਗੇ ਨੇ, ਬਾਂਦਰ ਵੀ ਪੜ੍ਹੇ ਲਿਖੇ ਹੈਗੇ ਨੇ, ਪਰ ਉਹ ਵੱਖਰੀ ਗੱਲ ਹੈ, ਲੀਡਰ ਸਾਡੇ ਅਜੇ ਵੀ ਅਨਪੜ੍ਹ ਨੇ। ਚਲੋ ਖੈਰ ਉੱਧਰ ਆਪਾਂ ਨਹੀਂ ਜਾਂਦੇ। ਅਗਲੀ ਖਬਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਅਮੈਰੀਕਾ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਅੱਜ ਕੱਲ੍ਹ ਦੇਖੀਏ ਕਿਤੇ ਵੀ ਜਾਈਏ ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਦੇਖਦੇ ਹਾਂ ਤਾਂ ਹੋਮਲੈਸ ਬੜੇ ਨੇ। ਨਿਊਯਾਰਕ ਸੀਗੇ ਤਾਂ ਟ੍ਰੇਨ ਦੇ ਵਿੱਚ ਜਿਸ ਟ੍ਰੇਨ ਦੇ ਵਿੱਚ ਹੋਮਲੈਸ ਬੈਠਾ ਹੁੰਦਾ ਸੀਗਾ ਉਸ ਉਹ ਡੱਬਾ ਬਿਲਕੁਲ ਖਾਲੀ ਹੁੰਦਾ ਸੀ ਟ੍ਰੇਨ ਦਾ, ਅਤੇ ਜਿਵੇਂ 2 ਡੱਬੇ ਛੱਡ ਕੇ ਉਹ ਦੂਗਾ ਫਿਰ ਅਗਲੇ ਡੱਬੇ ਚੜ੍ਹਦਾ ਹੁੰਦਾ ਜਿੰਨਾ ਮਰਜ਼ੀ ਰਸ਼ ਹੋਵੇ। ਮਤਲਬ ਕਹਿਣ ਦਾ ਬੜੀ ਇਰੀਟੇਸ਼ਨ ਜੀ ਹੋਣ ਲੱਗ ਪੈਂਦੀ ਹੈ ਜਦੋਂ ਉਹ ਨਹਾਉਂਦੇ ਨਹੀਂ ਹੈਗੇ, ਗੰਦ ਪਾਉਂਦੇ ਨੇ। ਪਰ ਇਹ ਇੱਕ ਕਾਨੂੰਨ ਅਮੈਰੀਕਾ ਦੇ ਵਿੱਚ ਸੀਗਾ ਜਿਹੜਾ 1870 ਤੋਂ ਲੈ ਕੇ 1970 ਤੱਕ ਲਾਗੂ ਰਿਹਾ। ਕਾਨੂੰਨ ਕਿਹੜਾ ਸੀ ਕਿ ਜੇ ਕੋਈ ਗੰਦਾ ਲੋਕ ਜਿਹੜੇ ਨਹਾਉਂਦੇ ਨਹਾਉਂਦੇ ਨਹੀਂ ਹੈਗੇ ਜਾਂ ਇੱਦਾਂ ਦੇ ਹੋਮਲੈਸ ਆ ਜਾਂ ਅਪੰਗ ਹੈ ਜਿਹੜੇ ਹੈਂਡੀਕੈਪ ਨੇ ਉਹ ਵੀ ਜਾਂ ਜਿਹੜੇ ਬਹੁਤ ਭੈੜੇ ਜਿਹੇ ਲੱਗਦੇ ਲੋਕ, ਉਹ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਪੁਲਿਸ ਉਹਨਾਂ ਨੂੰ ਫੜ ਲੈਂਦੀ ਸੀ, ਪੁਲਿਸ ਫੜ ਲੈਂਦੀ ਸੀ, ਫਿਰ ਉਹਨਾਂ ਨੂੰ $50 ਜੁਰਮਾਨਾ ਹੁੰਦਾ ਸੀ ਉਸ ਸਮੇਂ 1870 ਤੋਂ ਲੈ ਕੇ 1970 ਤੱਕ। ਇਹ ਕਾਨੂੰਨ ਸੀ, ਇਹਨੂੰ ਅਗਲੀ ਕਾਨੂੰਨ ਆਪਾਂ ਕਹਿ ਦਿੰਦੇ ਹਾਂ ਵੀ ਇਹ ਕਾਨੂੰਨ ਸੀਗਾ ਕਿ ਕੋਈ ਵੀ ਇੱਦਾਂ ਦਿਸਦਾ। ਪਹਿਲਾਂ ਸਨ ਫਰਾਂਸਿਸਕੋ ਦੇ ਵਿੱਚ 1867 ਦੇ ਵਿੱਚ ਇਹ ਕਾਨੂੰਨ ਬਣਿਆ,
ਅਤੇ 70 ਦੇ ਵਿੱਚ ਉਹਨਾਂ ਨੇ ਫੜ ਕੇ ਲੋਕ ਅੰਦਰ ਕਰਨੇ ਸ਼ੁਰੂ ਕੀਤੇ, ਫਿਰ ਪੈਨਸਲਵੀਨੀਆ, ਫਿਰ ਸ਼ਿਕਾਗੋ, ਫਿਰ ਸਭ ਜਗ੍ਹਾ ਹੋ ਕੇ ਜਦੋਂ ਕਾਨੂੰਨ ਹੋਇਆ, ਇਹ ਕਾਨੂੰਨ ਰਿਹਾ ਲਾਗੂ 1973 ਦੇ ਵਿੱਚ ਜਾ ਕੇ ਇਹਨਾਂ ਨੇ ਅਮੈਰੀਕਾ ਦੇ ਵਿੱਚੋਂ ਇਹ ਕਾਨੂੰਨ ਹਟਾਇਆ। ਨਹੀਂ ਤਾਂ ਦੇਖੋ ਜੀ ਕਾਨੂੰਨ ਕੈਸਾ ਕਾਨੂੰਨ ਹੈ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਵਿੱਚ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਸੀ ਜਿਹੜੇ ਕਿਸੇ ਵਾਰ ਦੇ ਵਿੱਚ, ਕਿਸੇ ਆਹ ਸਿਵਲ ਵਾਰ ਲੱਗੀ ਸੀ 1800 ਈਸਵੀ ਦੇ ਨੇੜੇ ਤੇੜੇ, ਸਿਵਲ ਵਾਰ ਦੇ ਵਿੱਚ ਜਿਹੜੇ ਲੋਕ ਜ਼ਖਮੀ ਹੋਏ ਸੀ ਫੌਜੀ ਆਰਮੀ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਸੀ। ਇਹ ਵਾਕਿਆ ਹੀ ਇਹਨੂੰ ਕਹਿ ਸਕਦੇ ਹਾਂ ਵੀ ਇਹ ਵਾਕਿਆ ਹੀ ਕਾਨੂੰਨ ਬਹੁਤ ਗੰਦਾ ਸੀ। ਆਰਮੀ ਦੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਦਾ ਕਿਸੇ ਚੰਗੇ ਕੰਮ ਦੇ ਵਿੱਚ ਉਹ ਅਫਾਜ ਹੋਏ ਆ, ਤਾਂ ਉਹਨਾਂ ਨੂੰ ਘੱਟੋ ਘੱਟ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਚਲੋ ਇਹ ਖਬਰਾਂ ਝਾੜਨਾ ਸਾਂਝੀਆਂ ਕੀਤੀਆਂ। ਅਤੇ ਇੱਕ ਹੋਰ, ਚਲੋ ਟੈਕਨੋਲੋਜੀ ਦੀ ਗੱਲ ਸੀਗੀ, ਉਹ ਫਿਰ ਹੁਣ ਅਗਲੀ ਵੇਰ ਦਿਖਾ ਦਾਂਗੇ, ਜੇ ਬਾਅਦ 'ਚ ਹੁਣ ਸੂਤ ਲੱਗਾ ਵਿੱਚ ਕਿਤੋਂ ਦਿਖਾ ਦਾਂਗੇ, ਨਹੀਂ ਤਾਂ ਫਿਰ ਅਗਲੀ ਵੇਰ ਸਹੀ। ਕਿ ਲੇਟੈਸਟ ਕਾਰ ਇੱਕ ਆਈ ਆ ਉਹ ਦਿਖਾਉਣੀ ਸੀ ਤੁਹਾਨੂੰ, ਕਿਹੋ ਜਿਹੀ ਕਾਰ ਆਈ ਆ, ਖੈਰ ਤੁਸੀਂ ਦੇਖੀਆਂ ਹੀ ਹੋਣੀਆਂ। ਅਤੇ ਫਿਲਹਾਲ ਜਿਹੜੀ ਹੈਗੀ ਆ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਬਕਾਇਦਾ ਵਿਸ਼ਾ ਲਵਾਂਗੇ ਅਤੇ ਨਾਲ ਦੀ ਨਾਲ ਅਨਜਾਨ ਸਾਹਿਬ ਨੂੰ ਫੋਨ 'ਤੇ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਕਾਫੀ ਦਿਨ ਹੋ ਗਏ ਉਹਨਾਂ ਦੀਆਂ ਚੰਗੀਆਂ ਗੱਲਾਂ ਸੁਣਿਆ ਨੂੰ, ਕਿਸੇ ਚੰਗੇ ਬੰਦੇ ਦੀਆਂ ਜਾਂ ਕਿਸੇ ਸੰਤ ਮਹਾਂਪੁਰਸ਼ ਦੀਆਂ ਚੰਗੀਆਂ ਗੱਲਾਂ ਸੁਣ ਲਓ ਤਾਂ ਉਹ ਅਸਰ ਜ਼ਰੂਰ ਕਰਦੀਆਂ, ਸਾਡੀ ਸੋਚ ਜਿਹੜੀ ਹੈ ਉਹ ਬਦਲ ਦਿੰਦੀਆਂ ਨੇ। ਅਸੀਂ ਕੋਈ ਸੀਰੀਅਲ ਦੇਖਣ ਲੱਗ ਪਈਏ, ਅਸੀਂ ਇੱਕ ਦੇਖਣਾ ਸ਼ੁਰੂ ਕੀਤਾ ਸੀ ਮੇਰੇ ਸਾਈ ਸੀਰੀਅਲ ਆਉਂਦਾ, ਉਹ ਇੱਕ ਐਪੀਸੋਡ ਦੇਖਿਆ ਅਤੇ ਉਦੋਂ ਬਾਅਦ ਉਹ ਚੰਗਾ ਲੱਗਣ ਲੱਗ ਪਿਆ। ਗੱਲਾਂ ਚੰਗੀਆਂ ਕਰਦੇ ਨੇ, ਸਾਨੂੰ ਫੋਲੋ ਕਰਨ ਦੀ ਲੋੜ ਹੈ। ਸੋ ਇਹਦੇ 'ਚ ਹਰ ਤਰ੍ਹਾਂ ਦੀ ਗੱਲ ਜਿਹੜੀ ਆ ਅਨਜਾਨ ਸਾਹਿਬ ਕਰਦੇ ਨੇ, ਅੱਜ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਸਵਾਗਤ ਪ੍ਰੋਗਰਾਮ ਜਾਈਨੂ ਜਲਵੇ ਜੱਗੀ ਦੇ। ਵਿਸ਼ੇ ਦੀ ਗੱਲ ਹਜੇ ਥੋੜ੍ਹੀ ਦੇਰ ਠਹਿਰ ਕੇ ਕਰਾਂਗੇ, ਉਸ ਤੋਂ ਪਹਿਲਾਂ ਸਰਦਾਰ ਅਰਜਨ ਸਿੰਘ ਅਨਜਾਨ ਸਾਹਿਬ ਮੇਰੇ ਨਾਲ ਫੋਨ ਲਾਈਨ 'ਤੇ ਜੁੜੇ ਨੇ, ਉਹਨਾਂ ਦੀਆਂ ਗਿਆਨ ਦੀਆਂ ਗੱਲਾਂ ਥੋੜ੍ਹੀ ਦੇਰ ਸੁਣਦੇ ਹਾਂ ਅਤੇ ਉਦੋਂ ਬਾਅਦ ਅਗਲੀ ਗੱਲਬਾਤ ਕਰਾਂਗੇ। ਜੀ ਅਨਜਾਨ ਸਾਹਿਬ, ਪੈਰੀ ਪਹਿਨਾ ਜੀ, ਸਵਾਗਤ ਤੁਹਾਡਾ। ਹੈਲੋ ਜੀ। ਹਾਂਜੀ ਹਾਂਜੀ, ਹੈਲੋ ਜੀ, ਧੰਨਵਾਦ ਜੀ, ਧੰਨਵਾਦ ਪੈਰਿਓ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਗੁਰੂ ਘਰ ਗੁਰੂ ਘਰ ਭਾਵੇਂ ਰਿੜ ਰਿੜ ਕੇ ਚੱਲ ਚੱਲ, ਉੱਥੇ ਜੋਤ ਮਿਲਦੀ ਆ। ਵਾਹ ਜੀ ਵਾਹ। ਹੰਬੇ ਹਾਰੇ ਟੁੱਟੇ ਹੋਏ ਨੂੰ ਉੱਥੇ ਵਕਤ ਮਿਲਦੀ ਆ। ਵਾਹ ਜੀ ਵਾਹ। ਜਿਹੜੀ ਚੀਜ਼ ਕਿਸੇ ਕੀਮਤ ਨਾ ਮਿਲੇ ਉਹ ਉੱਥੇ ਮੁਫ਼ਤ ਮਿਲਦੀ ਆ। ਵਾਹ ਜੀ ਵਾਹ, ਬਹੁਤ ਸਹੀ ਗੱਲ। ਗੁਰੂ ਪਿਓਰੇ ਆਪ ਨੂੰ ਤੇ ਦਰਸ਼ਕਾਂ ਨੂੰ ਨਿਮਰਤਾ ਸਿਹਤ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਐਸਾ ਸਮਾਂ ਵੀ ਆਇਆ ਜੀ, ਦੋ ਜਹਾਨ ਦੇ ਵਾਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਮਰਦਾਨਾ ਜੀ, ਜਿਨ੍ਹਾਂ ਸਾਰੀ ਉਮਰ ਉਹਨਾਂ ਦੀ ਛਾਵੇਂ ਜ਼ਿੰਦਗੀ ਸਾਰੀ, ਚੱਲਦੇ ਚੱਲਦੇ ਇੱਕ ਵਾਰੀ ਪਹਾੜੀ ਏਰੀਏ ਨੂੰ ਇਹਨਾਂ ਦੀ ਸੈਰ ਚੱਲੀ ਜੀ। ਜਦੋਂ ਉੱਥੇ ਜਾ ਕੇ ਜੜੀਆਂ ਬੂਟੀਆਂ ਦੇਖੀਆਂ ਚਮਕਦੀਆਂ, ਤੇ ਪੁੱਛਦੇ ਦਾਤਾ ਜੀ ਆਹ ਬੜੀਆਂ ਚਮਕਦੀਆਂ ਵਾਨੇ ਸੁਵੰਨੀਆਂ ਜੀ, ਸ਼ਹਿਨਸ਼ਾਹ ਨੇ ਦੱਸਿਆ ਮਰਦਾਨਾ ਜੀ ਆ ਬੂਟੀ ਉਹ ਆ ਜੀ ਜਿਹਨੂੰ ਸਰਜੀਵਨੀ ਬੂਟੀ ਕਹਿੰਦੇ ਆ, ਤੇ ਇਹ ਹਨੂਮਾਨ ਲਕਸ਼ਮਣ ਲਈ ਲਗਿਆ ਸੀ। ਅੱਛਾ ਜੀ। ਮਰਦਾਨਾ ਜੀ ਖੁਸ਼ ਹੋ ਗਏ, ਖੁਸ਼ ਹੋ ਕੇ ਤੇ ਫੇਰ ਕਹਿੰਦੇ ਜੀ ਮੈਂ ਪਾਂਡਰ ਬੰਨ ਲਵਾਂ ਇਹਦੀ ਸਰਜੀਵਨੀ ਬੂਟੀ ਦੀ। ਅੱਛਾ ਜੀ। ਉਹ ਕਹਿੰਦੇ ਵੀ ਮਰਦਾਨਿਆ ਸਰਜੀਵਨੀ ਬੂਟੀ ਦੀ ਪੰਡ ਬੰਨ ਕੇ ਕੀ ਕਰਨੇ ਤਾਂ। ਕਹਿੰਦਾ ਜੀ ਲਕਸ਼ਮਣ ਰਾਜੀ ਹੋ ਗਿਆ ਤੇ ਫੇਰ ਉੱਥੇ ਉਨੀ ਇੱਕੀ ਤੇ ਹੁੰਦੀ ਕੋਈ ਠਾਂ ਤਾਂ ਹੁੰਦਾ, ਉਹ ਤੇ ਮੈਂ ਵੀ ਕਿਸੇ ਦੀ ਸੇਵਾ ਕਰ ਦਿਆ ਕਰੂ। ਅੱਛਾ ਜੀ। ਸ਼ਹਿਨਸ਼ਾਹ ਮੁਸ਼ਕਰਾ ਪੈ ਜੀ, ਕਹਿੰਦੇ ਮਰਦਾਨਾ ਜੀ ਗੱਲ ਤੇ ਤੇਰੀ ਠੀਕ ਹੈ, ਤੇ ਜਦੋਂ ਪੰਡ ਮੁੱਕ ਗਈ ਤੇ ਫੇਰ ਦੁਨੀਆ ਤੇ ਬੜੀ ਲੰਮੀ ਚੌੜੀ ਚੱਲਣੀ ਹੈ, ਤੇ ਪੰਡ ਤੇ ਮੁੱਕ ਜਾਣੇ ਫੇਰ ਕੀ ਕਰੇਗਾ ਜੀ, ਫੇਰ ਕੀ ਜਵਾਬ ਦੇਗਾ। ਫੇਰ ਮਰਦਾਨਾ ਜੀ ਚੁੱਪ। ਅੱਛਾ ਜੀ। ਸ਼ਹਿਨਸ਼ਾਹ ਕਹਿੰਦੇ ਮਰਦਾਨਾ ਜੀ ਤੇਰੇ ਕੋਲ ਤੇ ਸਰਜੀਵਨੀ ਬੂਟੀ ਸਦਾ ਲਈ ਹੈਗੀ ਆ, ਪਰ ਕੀ ਆ ਵੀ ਤੂੰ ਵਰਤਦਾ ਨਹੀਂ। ਅੱਛਾ ਜੀ। ਉਸ ਕਹਿੰਦੇ ਜੀ ਉਹ ਸਰਜੀਵਨੀ ਬੂਟੀ ਮੇਰੇ ਕੋਲ, ਕਹਿੰਦੇ ਉਹ ਆ
ਨਿਰੰਕਾਰ ਦਾ ਨਾਮ ਸਿਮਰਨਾ, ਧਰਮ ਦੀਆਂ ਗੱਲਾਂ ਆਪਣੀਆਂ, ਦੁਨੀਆਂ ਨੂੰ ਚੰਗੀ ਸੇਧ ਦੇਣੀ ਜੀ, ਕਿਸੇ ਦਾ ਜੀਵਨ ਉਦਾ ਸਵਾਰ ਦੇਣਾ ਜੀ, ਜਿਹਦਾ ਕਹਿੰਦੇ ਜੀਵਨ ਸਵਾਰਿਆ ਗਿਆ ਉਹਦੇ ਲਈ ਤੇ ਉਹ ਫਿਰ ਸਿਮਰਨੀ ਸਰਜੀਵਨੀ ਬੂਟੀ ਬਣੂਗਾ। ਬਿਲਕੁਲ ਜੀ ਬਿਲਕੁਲ, ਇਹ ਤੇ ਕਹਿੰਦਾ ਦਾਤਾ ਜੀ ਠੀਕ ਆ। ਚਲੋ ਉੱਥੇ ਕਹਿੰਦੇ ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ ਜੀ, ਪੰਡਤ ਸੂਰ ਸਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੀ, ਤੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ ਜੀ, ਆਤਮਾ ਉਹਦੇ ਨਾਲ ਜੋੜ ਕੇ ਰੱਖੇ। ਕਹਿੰਦੇ ਜੋੜਨਾ ਨਹੀਂ ਮਿਲਦੀ ਉਹ ਸਰਜੀਵਨੀ ਪਿਆਰ ਦੀ ਬੂਟੀ, ਵਾਹ ਜੀ ਵਾਹ, ਸਤਕਾਰ ਨਾ ਮਿਲਦੀ ਹੈ ਤੇ ਉਹਨੂੰ ਚਿੱਤ ਚੇਤੇ ਰੱਖੇ ਤਾਂ ਜੀ। ਇੱਥੇ ਅੱਗੇ ਅਸੀਂ ਇਹਦੇ ਵਾਲੇ ਦੇਖਦੇ ਹਾਂ, ਜਦੋਂ ਭਾਈ ਕਨ੍ਹਈਆ ਜੀ ਨੇ ਜੰਗ 'ਚ ਦੁਸ਼ਮਣਾਂ ਨੂੰ ਪਾਣੀ ਪਿਆ ਤਾਂ ਸ਼ਿਕਾਇਤਾਂ ਵੀ ਲੱਗੀਆਂ ਉਹਦੀਆਂ ਜੀ, ਤੇ ਜਦੋਂ ਉਹ ਦੁਸ਼ਮਣ ਰਾਜੀ ਹੋਏ ਜਾਂ ਬਾਕੀ ਤੇ ਕੀ ਭਾਈ ਕਨ੍ਹਈਆ ਜੀ ਉਹਨਾਂ ਲਈ ਸਰਜੀਵਨੀ ਬੂਟੀ ਨਹੀਂ ਬਣਿਆ ਜੱਗੇ ਜੀ? ਜੀ ਬਿਲਕੁਲ ਬਿਲਕੁਲ ਬਿਲਕੁਲ, ਕਿਆ ਬਾਤ ਹੈ। ਬੀਬੀ ਰਹਿਮਾ ਹੱਜ ਨੂੰ ਜਾਂਦੀ ਸੀ, ਬੀਬੀ ਰਹਿਮਾ ਜੀ ਰਸਤੇ 'ਚ ਕੁੱਤੀ ਦੇ ਕਤੂਰੇ ਵਿਲਕਦੇ ਦਿਖੇ ਜੰਗਲ 'ਚ ਜੀ, ਪਾਣੀ ਤੋਂ ਤੜਫਦੇ ਤੇ ਉੱਥੇ ਰੁਕ ਗਈ। ਪਾਣੀ ਕੱਢਣ ਦਾ ਸਾਧਨ ਕੋਈ ਨਹੀਂ ਸੀ, ਆਪਦੇ ਵਾਲਾਂ ਨੂੰ ਪੱਟ ਕੇ ਰੱਸੀ ਵੱਟ ਕੇ ਦੱਪਟੇ ਨਾਲ ਪਾਣੀ ਕੱਢ ਕੇ ਉਹਨਾਂ ਕਤੂਰਿਆਂ ਨੂੰ ਪਵਾਇਆ। ਕਿਆ ਬਾਤ ਹੈ ਜੀ, ਇਹ ਵੀ ਸੰਜੀਵਨੀ। ਉੱਥੇ ਸਮਾਧੀ ਲਾਤੀ, ਹੱਜ ਨੂੰ ਨਹੀਂ ਗਈ ਜੀ, ਤੇ ਸਮਾਧੀ ਬਾਬੇ ਮੱਕਾ ਜੀ ਨੇ ਆਣ ਕੇ ਤੜਾਈ ਸੀ ਜੀ। ਬੀਬੀ ਰਹਿਬਾ ਉਹਨਾਂ ਲਈ ਸਰਜੀਵਨੀ ਬੂਟੀ ਨਹੀਂ? ਵਾਹ ਜੀ ਬਿਲਕੁਲ ਜੀ। ਜੇ ਆਪਣੇ ਅੱਜ ਕੱਲ ਦੇਖ ਲੋ, ਕਿਸੇ ਦਾ ਗੁਰਦਾ ਕਿਸੇ ਨੂੰ ਕੋਈ ਦੇ ਕੇ ਬਚਾ ਦਿੰਦਾ ਹੈ ਤੇ ਉਹ ਵੀ ਉਹਦੇ ਲਈ ਸਰਜੀਵਨੀ ਬੂਟੀ ਹੈ ਜੀ। ਜੀ ਬਿਲਕੁਲ ਜੀ। ਹੋਰ ਤੇ ਕਹਿੰਦਾ ਖੂਨ ਤੇ ਹਰ ਵੇਲੇ ਲੋੜ ਪੈਂਦੀ ਹੈ ਖੂਨ ਦੇ ਲਈ, ਸਾਡੇ ਸਰਜਰੀ ਵੀ 4 ਬੋਤਲਾਂ ਲੱਗੀਆਂ ਜੀ, ਕੀ ਉਹਨਾਂ ਦੀ ਜੀਵਨੀ ਨਾਲ ਮੇਰੀ ਜੀਵਨੀ ਚੱਲਦੀ, ਮੇਰੇ ਲਈ ਉਹ ਸਰਜੀਵਨੀ ਬੂਟੀ ਨਹੀਂ? ਬਿਲਕੁਲ ਜੀ ਬਿਲਕੁਲ, ਆ ਹੜਾਂ ਦੇ ਵਿੱਚ ਜਿਹੜੀ ਸੇਵਾ ਕੀਤੀ ਹੈ, ਜਿਹੜੇ ਬਚਾਏ ਨੇ ਲੋਕ, ਤੇ ਉਹ ਵੀ ਇਸ ਕਰਕੇ। ਇਹ ਜਿਹੜੀ ਗੁਰਬਾਣੀ ਨਿਰੰਕਾਰ ਦੀ ਗੁਰੂ ਨਾਨਕ ਸਾਹਿਬ ਦੀ ਹੈ, ਮੁਕਤ ਕਰ ਦਿੰਦੀ ਸਦਮ ਵਾਸਤੇ, ਇਹ ਸਰਜੀਵਨੀ ਬੂਟੀ ਹਰ ਇੱਕ ਲਈ ਆ ਜੀ। ਬਿਲਕੁਲ ਬਿਲਕੁਲ ਬਿਲਕੁਲ, ਤੇ ਇਹਨਾਂ ਸ਼ਬਦਾਂ ਨੂੰ ਨਮਸਕਾਰ ਕਰਦੇ ਆ ਅਸੀਂ ਸਰਜੀਵਨੀ ਬੂਟੀ ਨੂੰ, ਕੁਝ ਲੈਣਾ ਆਪਣੇ ਨਾਲ ਸਾਂਝੀਆਂ ਕਰਦੇ ਜੀ। ਜੀ ਜ਼ਰੂਰ। ਤੇਰੇ ਤੋਂ ਮੈਂ ਮਾਲਕਾ ਲੁਕਾਉਂਦਾ ਕੁਝ ਨਹੀਂ ਜੀ, ਤੇਰੇ ਬਿਨ ਹੋਰ ਮੈਨੂੰ ਭਾਉਂਦਾ ਕੁਝ ਨਹੀਂ ਜੀ, ਤੂੰ ਹੀ ਹੋ ਬਾਪ ਤੇ ਤੂੰ ਹੀ ਮੇਰੀ ਮਾਈ, ਜਿੰਦਾ ਰਵੇ ਜੀ ਸਦਕੇ ਜੀ ਨੇ ਇਹੋ ਜਿਹੀ ਸਮੱਸਿਆ ਲਾਈ। ਸਾਨੂੰ ਇਹ ਬਿਮਾਰੀ ਲੱਗ ਗਈ, ਅਸੀਂ ਤੇ ਸਿੱਧੇ ਹੈ ਹੀ ਨਹੀਂ ਜੀ, ਸਾਨੂੰ ਇਹ ਬਿਮਾਰੀ ਲੱਗ ਗਈ ਜਾਣਾ ਨਿੱਕੇ ਵੱਡਿਆਂ ਨੂੰ ਘੁਰ ਕੀ ਜੀ, ਤੂੰ ਕੂਕਰਾਂ ਦਾ ਰੂਪ ਜਾਣ ਕੇ ਕਿਤੇ ਸੁੱਟ ਦੀ ਵਗਾਤੀ ਬੁਰਕੀ, ਆਤਮਾ ਦਾ ਹਲਕ ਹਟੇ ਹੋਵੇ ਤਨ ਮਨ ਅੰਦਰ ਸਮਾਈ, ਜਿੰਦਾ ਰਵੇ ਜੀ ਸਦਕੇ ਜਿਨ ਇਹੋ ਜਿਹੀ ਸਮੱਸਿਆ ਲਾਈ, ਇਹੋ ਜਿਹੀ ਸਮੱਸਿਆ ਲਾਈ। ਵਾਹ ਜੀ ਵਾਹ। ਅੰਦਰੋਂ ਚਲਾ ਮਣ ਕੇ ਕੀ ਕਰਨੀ ਬਾਹਰਲੀ ਮਾਲਾ, ਰਹਿਮਤਾਂ ਦਾ ਰੰਗ ਫੇਰ ਕੇ ਸਾਡਾ ਮਨ ਦੇ ਬਦਲ ਜੋ ਕਾਲਾ ਜੀ, ਤੇ ਹੋਇਆ ਹੋਇਆ ਰੰਗ ਚ ਫਿਰਾ ਜੀ, ਭਾਵੇਂ ਦੁਨੀਆਂ ਦੀ ਅੱਖ ਚ ਸਦਾਈ ਜੀ, ਜਿੰਦਾ ਰਵੇ ਜੀ ਸਦਕੇ ਜਿਨ ਇਹੋ ਜੀ ਸਮੱਸਿਆ। ਵਾਹ ਜੀ ਵਾਹ। ਇਹ ਸਭੇ ਥਾਂ ਨਹੀਂ ਤੁੱਤ ਜੇ ਆ ਜੀ, ਬੁੱਧ ਪੁਰਖ ਵਿਧਾ ਤੇ ਤਾਂ ਤੂੰ ਸੋਹਿਆ ਜੀ, ਕਾਗੂ ਹੰਸ਼ ਕਰੇ ਅਣਜਾਣ ਨੂੰ ਅਕਲ ਨਾ ਆਈ, ਜਿੰਦਾ ਰਵੇ ਜੀ ਸਦਕੇ ਜਿਨ ਇਹੋ ਜੀ ਸਮੱਸਿਆ ਲਾਈ, ਇਹੋ ਜਿਹੀ ਸਮੱਸਿਆ ਲਾਈ। ਕਿਆ ਬਾਤ ਹੈ, ਉਹਨਾਂ ਦੇ ਦਰਸ਼ਨ ਵੀ ਸਰਜੀਵਨੀ ਬੂਟੀ ਆ ਜੀ। ਧੰਨਵਾਦ ਤੁਹਾਡਾ ਤੇ ਉਸ ਸਮੇਂ ਦਾ, ਚੜ੍ਹਦੀ ਕਲਾ ਚ ਰਹੋ, ਪੁੱਲਾਂ ਚੁੱਕਾਂ ਦੀ ਖਿਮਾ, ਸਤਿ ਸ੍ਰੀ ਅਕਾਲ। ਵਾਹ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਅਣਜਾਣ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਗੱਲਾਂ ਬਾਤਾਂ ਦਿਲ ਨੂੰ ਛੂਹਣ ਵਾਲੀਆਂ ਸਾਰੀਆਂ ਹੁੰਦੀਆਂ, ਚਾਹੇ ਇਤਿਹਾਸ ਦੀ ਗੱਲ ਹੋਵੇ, ਚਾਹੇ ਮਿਥਿਹਾਸ ਦੀ ਹੋਵੇ, ਚਾਹੇ ਅਸੀਂ ਕੋਈ ਸਮਾਜਿਕ ਗੱਲ ਜਦੋਂ ਅਣਜਾਣ ਸਾਹਿਬ ਕਰਦੇ ਨੇ, ਕੋਈ ਸੋਸ਼ਲ ਗੱਲ ਕਰਦੇ ਨੇ, ਚਾਹੇ ਕੋਈ ਉਹ ਗੱਲ ਹੋਵੇ, ਤਾਂ ਗੱਲਾਂ
ਵਜ਼ਨਦਾਰ ਹੁੰਦੀਆਂ ਨੇ, ਸੁਣਨ ਵਾਲੀਆਂ ਹੁੰਦੀਆਂ ਨੇ। ਸੋ ਬਾਕੀ ਅਮਲ ਵੀ ਕਰਨ ਵਾਲੀਆਂ ਹੁੰਦੀਆਂ ਨੇ, ਜੇ ਅਸੀਂ ਅਮਲ ਕਰੀਏ ਤਾਂ ਬਹੁਤ ਸੁਖਾਲੇ ਰਹਿ ਸਕਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਦਾ ਸਿਲਸਿਲਾ ਤੁਹਾਡਾ ਸ਼ੁਰੂ ਕਰਨਾ, ਅਤੇ ਕਾਲ ਤੁਸੀਂ ਕਰ ਲਓ, ਬ੍ਰੇਕ ਦੇ ਵਿੱਚ ਮੈਂ ਹੋਲਡ ਕਰ ਲੂੰਗਾ, ਅਤੇ ਬਾਅਦ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਜਿਹੜਾ ਵਿਸ਼ਾ ਅੱਜ ਦਾ ਹੈਗਾ ਉਹ ਵੀ ਮੇਰੇ ਹਿਸਾਬ ਨਾਲ ਬ੍ਰੇਕ ਤੋਂ ਬਾਅਦ ਹੀ ਸਾਂਝਾ ਕਰੀਏ ਤਾਂ ਜ਼ਿਆਦਾ ਵਧੀਆ ਰਹੂਗਾ, ਕਿਉਂਕਿ ਬ੍ਰੇਕ ਦੇ ਵਿੱਚ ਫਿਰ ਕਈ ਵਾਰੀ ਧਿਆਨ ਅੱਧੀ ਗੱਲ ਜਿਹੜੀ ਬੰਦਾ ਭੁੱਲ ਜਾਂਦਾ, ਧਿਆਨ ਹੋਰ ਪਾਸੇ ਹੋ ਜਾਂਦਾ। ਅਤੇ ਵਿਸ਼ਾ ਜਿਹੜਾ ਹਮੇਸ਼ਾ ਹੁੰਦਾ ਉੱਦਾਂ ਦਾ ਹੀ ਵਿਸ਼ਾ ਅੱਜ ਹੈ ਕਿ ਜ਼ਿੰਦਗੀ ਜਿਹੜੀ ਸਾਡੀ ਹੈਗੀ, ਜ਼ਿੰਦਗੀ ਦੇ ਨਾਲ ਮਿਲਦਾ ਜੁਲਦਾ ਵਿਸ਼ਾ, ਮੇਰਾ ਵਿਸ਼ਾ, ਤੁਹਾਡਾ ਵਿਸ਼ਾ, ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦੀ ਗੱਲਬਾਤ ਕਰੀ ਦੀ ਹੈ ਵਿਸ਼ਿਆਂ ਦੇ ਵਿੱਚ, ਅੱਜ ਵੀ ਉਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ ਲੈ ਕੇ, ਅਤੇ ਵਿਸ਼ੇ ਵੱਲ ਚੱਲੀਏ। ਅਤੇ ਵਿਸ਼ਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਅੱਜ ਦਾ ਵਿਸ਼ਾ ਤਿੰਨ ਅੱਖਰਾਂ 'ਚ ਕਹਿਣਾ ਹੋਵੇ, ਵਿਸ਼ਾ ਇਹ ਹੈ ਜੀ, ਆਓ ਦੂਜਿਆਂ ਨੂੰ ਦੁਖੀ ਕਰੀਏ। ਆਓ ਦੂਜਿਆਂ ਨੂੰ ਦੁਖੀ ਕਰੀਏ। ਦੂਜਿਆਂ ਨੂੰ ਦੁਖੀ ਕਰਨ ਦੇ ਤਰੀਕੇ ਜਿਹੜੇ ਆ ਉਹ ਮੈਂ ਦੱਸ ਸਕਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵੈਸੇ ਧਿਆਨ ਮਾਰ ਕੇ ਦੇਖੋ, ਪੰਜਾਬ ਦੇ ਵਿੱਚ ਜਾਂ ਕਿਤੇ ਵੀ ਧਿਆਨ ਮਾਰ ਕੇ ਦੇਖੋ, ਦੂਜਿਆਂ ਨੂੰ ਦੁਖੀ ਕਰਕੇ ਬੰਦੇ ਨੂੰ ਖੁਸ਼ੀ ਮਿਲਦੀ ਹੈ। ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ ਜਿੰਨਾ ਦੂਜਿਆਂ ਨੂੰ ਦੁਖੀ ਕਰਕੇ ਹੁੰਦਾ, ਜਾਂ ਦੂਜਿਆਂ ਦੀ ਖੁਸ਼ੀ ਤੋਂ ਜਿੰਨਾ ਦੁਖੀ ਹੁੰਦਾ। ਉਹ ਚੀਜ਼ ਆਪਣੇ ਅਕਸਰ ਦੇਖਣ ਦੇ ਵਿੱਚ ਆਉਂਦੀ ਹੈ। ਬਾਹਰਲੇ ਮੁਲਕਾਂ ਦੇ ਵਿੱਚ ਥੋੜ੍ਹੀ ਜਿਹੀ ਹੋ ਸਕਦਾ ਘੱਟ ਗਈ ਹੋਵੇ, ਜਾਂ ਵੈਸੇ ਵੀ ਥੋੜ੍ਹੀ ਬਹੁਤ ਘੱਟ ਗਈ ਹੋਵੇ, ਪਰ ਬਹੁਤ ਜ਼ਿਆਦਾ ਇਹ ਚੀਜ਼ ਹੈਗੀ ਸੀਗੀ ਕਿ ਦੂਜਿਆਂ ਨੂੰ ਦੁਖੀ ਕਰਕੇ ਆਪ ਖੁਸ਼ ਹੋਣਾ, ਜਾਂ ਕਿ ਗੁਆਂਢੀ ਦੁਖੀ ਹੋਣ, ਅੰਦਰੋਂ ਅੰਦਰੀ ਉੱਪਰੋਂ ਉੱਪਰੀ ਜਾ ਕੇ ਪੁੱਛਣਾ, ਅੰਦਰੋਂ ਅੰਦਰੀ ਖੁਸ਼ ਹੋਣਾ। ਅਤੇ ਜਿਵੇਂ ਦੂਜਿਆਂ ਨੂੰ ਦੁਖੀ ਕਰਨ ਦੀ ਆਪਾਂ ਗੱਲ ਕਰ ਲਈਏ, ਸ਼ੁਰੂ ਕਰ ਲਈਏ, ਧਰਨਿਆਂ ਦੀ ਗੱਲ ਲੈ ਲਈਏ, ਧਰਨਿਆਂ ਦੀ ਗੱਲ ਲੈ ਲਈਏ। ਅਤੇ ਮੈਂ ਚੰਡੀਗੜ੍ਹ ਦੀ ਗੱਲ ਆ ਸੱਚੀ, ਅਤੇ ਮੋਹਾਲੀ ਉਹ ਮੈਂ ਆ ਰਿਹਾ ਸੀਗਾ, ਅਤੇ ਉਹ ਪੁਲਿਸ ਵਾਲੇ ਕਹਿੰਦੇ ਵੀ ਨਾਕਾ ਲੱਗਾ ਅੱਗੇ, ਤਾਂ ਤੂੰ ਐਂ ਜਲ ਜਾ। ਮੈਂ ਕਿਹਾ ਨਾਕਾ ਲੱਗਾ, ਨਾਕਾ ਤਾਂ ਇਹ ਲੱਗਾ ਅੱਗੇ, ਕਿੱਥੇ ਲੱਗਾ ਦੇਣੇ ਗੇ, ਸੱਚ ਨਾਕਾ ਨਹੀਂ ਲੱਗਾ ਅੱਗੇ, ਕਿਸਾਨਾਂ ਦਾ ਧਰਨਾ ਲੱਗਾ, ਤੂੰ ਇੱਧਰੋਂ ਚੱਲ ਜਾਓ। ਅਤੇ ਕਿਸਾਨਾਂ ਨੇ ਧਰਨਾ ਲਾਇਆ, ਲੋਕਾਂ ਨੂੰ ਲੋਕ ਦੁਖੀ ਹੋਏ। ਅਗਲੇ ਦਿਨ ਅਖਬਾਰ ਦੇ ਵਿੱਚ ਖਬਰ ਆਈ ਵੀ ਕਿਸਾਨਾਂ ਦਾ ਧਰਨਾ ਸਫਲ, ਕੋਈ ਵੀ ਗੱਡੀ ਸੜਕ 'ਤੇ ਨਹੀਂ ਆਉਣ ਦਿੱਤੀ, ਕਿਸਾਨ ਖੁਸ਼, ਲੈ ਬਈ ਅਸੀਂ ਅੱਜ ਆਹ ਕਰਤਾ, ਅੱਜ ਅਸੀਂ ਕਮਾਲ ਕਰਤੀ, ਕੋਈ ਗੱਡੀ ਸੜਕ 'ਤੇ ਨਹੀਂ ਆਉਣ ਦਿੱਤੀ ਦੂਜਿਆਂ ਨੂੰ, ਮਤਲਬ ਕਿ ਦੁਖੀ ਕਰਨ ਦਾ ਤਰੀਕਾ। ਉੱਚੀ ਬੋਲ ਕੇ ਕੋਈ ਦੁਖੀ ਕਰਦਾ, ਕੋਈ ਕਿਸੇ ਤਰ੍ਹਾਂ ਦੁਖੀ ਕਰਕੇ ਦੂਜਿਆਂ ਨੂੰ ਖੁਸ਼ ਹੁੰਦਾ, ਇਹ ਇੱਕ ਸਾਡੀ ਫਿਤਰਤ ਜੀ ਬਣ ਗਈ ਹੈ ਕਿ ਦੂਜਾ ਜਿੰਨਾ ਦੁਖੀ ਹੋਊ ਅਸੀਂ ਉਨਾ ਖੁਸ਼ ਹੋਵਾਂਗੇ। ਆਮ ਤੌਰ 'ਤੇ ਹੁਣ ਤਾਂ ਘਰਾਂ ਦੇ ਵਿੱਚ ਵੀ ਗੱਲ ਹੋ ਗਈ, ਔਰ ਇਹ ਗੱਲ ਹਸਬੈਂਡ ਵਾਈਫ ਦੇ ਵਿੱਚ ਵੀ ਹੈਗੀ ਹੈ, ਜੇ ਬੰਦਾ ਘਰ ਖੁਸ਼ ਆ ਜਾਏ ਤਾਂ ਅੱਗਿਓਂ ਘਰਵਾਲੀ ਦਾ ਮੂਡ ਇੱਕਦਮ ਬਦਲ ਜਾਂਦਾ ਵੀ ਅੱਜ ਖੁਸ਼ ਆ, ਇੰਨਾ ਕੀ ਚੱਕਰ ਕੀ ਹੈ, ਖੁਸ਼ ਕਿਉਂ ਇੰਨਾ। ਜੇ ਬੰਦਾ ਬਾਹਰ ਜਿੰਨਾ ਮਰਜ਼ੀ ਖੁਸ਼ ਹੈ, ਘਰ ਆ ਕੇ ਮੂੰਹ ਜੇ ਲਟਕਾ ਲਿਆ ਤਾਂ ਘਰ ਨੇ ਖੁਸ਼ ਕਹਿਣਾ, ਹਾਂ ਲੈ ਅੱਜ ਠੀਕ ਹੈ, ਅੱਜ ਠੀਕ ਹੈ। ਸੋ ਇਹ ਫਿਤਰਤ ਬਣ ਗਈ ਆ, ਜਿਵੇਂ ਇੱਕ ਪੁਰਾਣੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਸਾਂਝੀ ਵੀ ਕੀਤੀ ਸੀ, ਕੋਈ ਸੁਪਨੇ ਦੇ ਵਿੱਚ ਸ਼ਾਮ ਨੂੰ ਰਾਤ ਨੂੰ ਬੰਦੇ ਦੇ ਆਇਆ ਕੋਈ ਦੇਵੀ ਦੇਵਤਾ ਪ੍ਰਗਟ ਹੋਇਆ ਵੀ ਮੰਗ ਕੀ ਮੰਗਦਾ ਹੈ। ਤੂੰ ਕਹਿੰਦਾ ਜੀ ਵਾਹ ਜੀ ਵਾਹ, ਇਹ ਤਾਂ ਬੜੀ ਗੱਲ, ਮੈਂ ਕੀ ਮੰਗਣਾ। ਉਹ ਨਹੀਂ ਨਹੀਂ ਕਹਿੰਦੇ ਮੰਗ ਕੀ ਮੰਗਣਾ, ਪਰ ਦਿਮਾਗ 'ਚ ਇਹ ਗੱਲ ਬਿਠਾ ਲਾ ਵੀ ਜੋ ਤੂੰ ਮੰਗੇਗਾ ਤੇਰੀ ਗਵਾਂਢੀ ਨੂੰ ਉਦੋਂ ਦੁੱਗਣਾ ਮਿਲਣਾ। ਜੇ ਤੂੰ 1 ਕਰੋੜ ਮੰਗਿਆ ਉਹਨੂੰ 2 ਕਰੋੜ ਮਿਲਣਾ, ਜੇ ਤੂੰ 4 ਮੰਗਿਆ ਉਹਨੂੰ 8 ਮਿਲਣਾ, ਜੇ ਤੂੰ 1 ਘਰ ਮੰਗਿਆ ਉਹਨਾਂ ਨੂੰ 2 ਮਿਲਣੇ, ਇਹ ਸੋਚ ਕੇ ਮੰਗੀ। ਅਤੇ ਬੰਦਾ ਕਹਿੰਦਾ ਵੀ ਯਾਰ ਇਹ ਤਾਂ ਕੰਮ ਖਰਾਬ ਆ ਫਿਰ, ਹੈ ਗਵਾਂਢੀ ਤਾਂ ਫਿਰ ਮੇਰੇ ਨਾਲ ਤਕੜਾ ਹੋ ਗਿਆ, ਕਿਵੇਂ ਕਰੀਏ। ਵਾਹਵਾ ਦਿਮਾਗ 'ਤੇ ਬੋਝ ਪਾ ਕੇ ਬੰਦਾ ਫਿਰ ਕਹਿੰਦਾ ਐਂ ਕਰੋ ਜੀ, ਫਿਰ ਦੇਵਤਾ ਜੀ ਤੁਸੀਂ ਮੈਨੂੰ 1 ਅੱਖ ਤੋਂ ਕਾਣਾ ਕਰ ਦਿਓ। ਦਿਮਾਗ ਤੋਂ ਕੰਮ ਲਿਆ ਨਾ, 1 ਅੱਖ ਤੋਂ ਕਾਣਾ ਹੋਇਆ, ਗਵਾਂਢੀ ਅੰਨਾ ਹੋ ਗਿਆ ਜਮ੍ਹਾਂ ਦੋਹਾਂ ਅੱਖਾਂ ਤੋਂ। ਮਤਲਬ ਇਹ ਹੈ ਵੀ ਅਗਲੇ ਨੂੰ ਖੁਸ਼ ਦੇਖ ਕੇ ਤਾਂ ਕੋਈ ਹੈ ਹੀ ਨਹੀਂ ਖੁਸ਼। ਇਹਦੇ 'ਚ ਉੱਚੀ ਬੋਲਣਾ, ਕਈ ਲੋਕਾਂ ਨੂੰ ਦੁਖੀ ਕਰਨਾ, ਜਾਣ ਬੁੱਝ ਕੇ ਦੁਖੀ ਕਰਨ ਵਾਸਤੇ, ਵੀ ਤੁਸੀਂ ਕਦੇ ਇੱਦਾਂ ਦਾ ਦੁਖੀ ਹੋਏ ਹੋ, ਕਿਸੇ ਨੇ ਬਿਨਾਂ ਵਜ੍ਹਾ ਦੁਖੀ ਕੀਤਾ, ਇਰੀਟੇਟ ਜਿਹਨੂੰ ਅਸੀਂ ਕਹਿ ਲਈਦੇ, ਜਾਂ ਕਹਿ ਲਓ ਵੀ ਮਤਲਬ ਕਿ ਦੂਜਿਆਂ ਦੀ ਕੀ ਕਹਿ ਸਕਦੇ ਹਾਂ, ਦੂਜਿਆਂ ਦੀ ਦੁਖੀ ਹੋਣ 'ਤੇ ਸਾਨੂੰ ਖੁਸ਼ੀ ਕਿਉਂ ਮਿਲਦੀ ਆ। ਮਤਲਬ ਕਹਿੰਦੇ ਉਹ ਆਦਮੀ ਸਭ ਤੋਂ ਵੱਧ ਸੁਖੀ ਹੈ ਜਿਹਦਾ ਗਵਾਂਢੀ ਦੁਖੀ ਹੈ। ਅਤੇ ਸਿਆਣਿਆਂ ਦੀਆਂ ਗੱਲਾਂ ਕਹੀਆਂ ਐਵੇਂ ਨਹੀਂ ਹੈਗੀਆਂ, ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਇਹ ਜਿਹੜਾ ਦੂਜਿਆਂ ਨੂੰ ਦੁੱਖ ਪਹੁੰਚਾ ਕੇ ਸਾਨੂੰ ਖੁਸ਼ੀ ਕਿਉਂ ਮਿਲਦੀ ਹੈ, ਕੀ ਕਾਰਨ ਇਹਦਾ ਹੈਗਾ, ਕੀ ਸਾਡੀ ਸੋਚ ਹੈਗੀ ਇਹਦੇ ਪਿੱਛੇ, ਕਿਉਂ ਨਹੀਂ ਅਸੀਂ ਕਿਸੇ ਨੂੰ ਦੇਖ ਕੇ ਖੁਸ਼ ਹੁੰਦੇ ਵੀ ਉਹ ਖੁਸ਼ ਹੋਇਆ। 'ਚ ਸਾਡੇ ਇੱਕ ਹੈਗਾ ਮੁੰਡਾ ਭੋਲਾ, ਗੱਲ ਵੀ ਬੜੀ ਵਾਰੀ ਕੀਤੀ ਕੈਸਟਾਂ ਦੇ ਵਿੱਚ, ਭੋਲਾ ਦਿੜਬੇ ਵਾਲਾ, ਉਹਦੀ ਗੱਲ ਬੜੀ ਵਧੀਆ ਲੱਗਦੀ ਆ। ਉਹ ਜਦੋਂ ਪੁੱਛਦਾ ਨਾ ਵੀ ਹਾਲ ਕੀ ਹਾਲ ਆ, ਉਹਨੂੰ ਕਹੀ ਵੀ ਹਾਲ ਭੁੱਲੇ ਵਧੀਆ, ਰੱਬ ਦਾ ਸ਼ੁਕਰ ਹੈ ਯਾਰ, ਚੰਗਾ ਵਧੀਆ ਕੰਮ ਕਰ, ਠੀਕ ਵਧੀਆ ਚੱਲ। ਕਹਿੰਦੇ ਸ਼ੁਕਰ ਹੈ, ਭਰਾ ਕੋਲ 4 ਪੈਸੇ ਹੋਣਗੇ, ਜੇ ਦੇਊ ਨਾ ਘੱਟੋ ਘੱਟ ਮੰਗੂ ਤਾਂ ਨਾ। ਇਹ ਵੀ ਗੱਲ ਹੈਗੀ ਵੀ ਜੇ ਬੰਦੇ ਕੋਲ 4 ਪੈਸੇ ਹੋਣਗੇ, ਘੱਟੋ ਘੱਟ ਮੰਗੂ ਤਾਂ ਨਾ, ਤੁਹਾਡੀਆਂ ਕਾਲਾਂ ਲੈਂਦੇ ਹਾਂ,
ਤੁਹਾਡੇ ਕੀ ਵਿਚਾਰ ਨੇ ਇਹੋ ਜਿਹੇ ਵਿਸ਼ੇ ਬਾਰੇ ਵੀ ਕਿਉਂ ਦੂਜਿਆਂ ਨੂੰ ਦੁਖੀ ਦੇਖ ਕੇ ਜਾਂ ਦੁਖੀ ਕਰਕੇ ਸਾਨੂੰ ਖੁਸ਼ੀ ਮਿਲਦੀ ਹੈ, ਕੀ ਕਾਰਨ ਇਹਦੇ ਪਿੱਛੇ ਹੈਗਾ? ਹੈਲੋ 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 ਜੀ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ। ਹਾਂਜੀ ਜੀ ਜੀ ਰਾਜਕੁਮਾਰ ਜੀ ਜੀ ਬਿਲਕੁਲ ਢਿੱਲੇ ਜੇ ਬੋਲ ਰਹੇ, ਕੀ ਗੱਲ ਆ ਜੀ? ਮੈਂ ਬਿਲਕੁਲ ਠੀਕ ਬੋਲ ਰਿਹਾ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ? ਵਿਸ਼ਾ ਵਿਸ਼ਾ ਵੀ ਹੈਗਾ ਅੱਜ, ਅੰਜਾਨ ਸਾਹਿਬ ਦੀ ਵੀ ਹਾਜ਼ਰੀ ਬਹੁਤ ਵਧੀਆ, ਉਹਨਾਂ ਨੇ ਵੀ ਦਰਸ਼ਨ ਦਿੱਤੇ ਅੱਜ ਫੋਨ 'ਤੇ। ਬਹੁਤ ਜੀ ਕਿਆ ਬਾਤ, ਮਜ਼ਾ ਆ ਗਿਆ ਅਤੇ ਗੱਲਾਂ ਬਹੁਤ ਵਧੀਆ ਸੀ। ਔਰ ਇਹ ਚੀਜ਼ ਅਸੀਂ ਪੱਲੇ ਬੰਨ ਲਈਏ ਵੀ ਇਕੱਲੀ ਸੰਜੀਵਨੀ ਬੂਟੀ ਉਹ ਹੀ ਨਹੀਂ ਸੀ ਕਿ ਜਿਹੜੀ ਹਨੂੰਮਾਨ ਜੀ ਉੱਥੋਂ ਪਹਾੜ ਤੋਂ ਲੈ ਕੇ ਆਏ ਸੀ, ਸੰਜੀਵਨੀ ਬੂਟੀ ਤੁਸੀਂ ਵੀ ਬਣ ਸਕਦੇ ਖੁਦ ਕਿਸੇ ਵਾਸਤੇ। ਬਿਲਕੁਲ, ਕਿਸੇ ਇਨਸਾਨ ਤੋਂ ਚੀਜ਼ ਐਸੀ ਮਿਲ ਸਕਦੀ ਟਾਈਮ 'ਤੇ ਜਿਹੜੀ ਕਰਨਾ ਹੋਵੇ, ਉਹਨਾਂ ਵੱਡੀ ਚੀਜ਼ ਜਿਹੜੀ ਉਹ ਸੰਜੀਵਨੀ ਬੂਟੀ ਹੋਰ ਸੀ ਹੋ ਸਕਦੀ ਹੈ। ਬਿਲਕੁਲ ਬਿਲਕੁਲ। ਅੱਛਾ ਵਿਸ਼ਾ ਜਿਹੜਾ ਸੀ, ਹਾਂਜੀ 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 ਬੋਲੋ ਜੀ 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 ਹਾਂਜੀ। ਇੱਕ ਪਾਣੀ ਦਾ ਘੁੱਟ ਵੀ ਸੰਜੀਵਨੀ ਬੂਟੀ ਹੋ ਸਕਦੀ ਕਿਸੇ ਟਾਈਮ, ਔਰ ਕਿਸੇ ਦੀ ਮਦਦ ਕੀਤੀ ਸੰਜੀਵਨੀ ਬੂਟੀ ਹੋ ਸਕਦੀ। ਵਿਸ਼ਾ ਵੈਸੇ ਮੈਨੂੰ ਇਹ ਰੱਖਣਾ ਚਾਹੀਦਾ ਸੀ ਅੱਜ, ਚਲੋ ਆਪਾਂ ਵੀ ਉਹ ਸੰਜੀਵਨੀ ਬੂਟੀ ਦਾ ਦੂਆ ਪੱਖ ਜਿਹੜਾ ਹੈਗਾ ਉਹ ਰੱਖਿਆ ਵੀ ਦੂਜਿਆਂ ਨੂੰ ਦੁਖੀ ਦੇਖ ਕੇ ਅਸੀਂ ਖੁਸ਼ ਕਿਉਂ ਹੁੰਦੇ ਹਾਂ। ਬਿਲਕੁਲ ਜੀ ਬਿਲਕੁਲ, ਦੂਜਿਆਂ ਨੂੰ ਵੇਖ ਕੇ ਸਾਡੇ ਮਨ ਵਿੱਚ ਖੁਸ਼ੀ ਹੋਣੀ ਚਾਹੀਦੀ ਹੈ। ਨਹੀਂ ਹੁੰਦੀ ਕਿਉਂ ਨਹੀਂ ਆਪਣੇ, ਜ਼ਿਆਦਾਤਰ ਵੈਸੇ ਹੁੰਦੀ ਹੈ। ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਪਰਮਾਤਮਾ ਦਾ ਸ਼ੁਕਰ ਕਰਦੇ ਨੇ, ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲੇ ਲੋਕ, ਉਹ ਦੂਜਿਆਂ ਨੂੰ ਸੁਖੀ ਦੇਖ ਕੇ ਸੁਖੀ ਹੁੰਦੇ ਨੇ, ਖੁਸ਼ ਹੁੰਦੇ ਨੇ। ਬਿਲਕੁਲ ਜੀ, ਕੋਈ ਅੱਛਾ ਸੁਝਾਅ ਦੇਣਗੇ, ਕੋਈ ਅੱਛੀ ਚੀਜ਼ ਦੱਸਣਗੇ, ਕੋਈ ਅੱਛੀ ਨੱਤ ਦੀ ਗੱਲ ਦੱਸਣਗੇ ਜਿਹਦੇ ਨਾਲ ਕਿਉਂ ਪਤਾ ਹੋਵੇ। ਨਹੀਂ ਪਰ ਜ਼ਿਆਦਾਤਰ ਲੋਕ ਕਿਉਂ ਇੱਦਾਂ ਦੂਜੇ ਨੂੰ ਸੁਖੀ ਦੇਖ ਕੇ ਦੁਖੀ ਹੁੰਦੇ, ਦੁਖੀ ਦੇਖ ਕੇ ਸੁਖੀ ਹੁੰਦੇ, ਖੁਸ਼ ਹੁੰਦੇ, ਕੀ ਕਾਰਨ? ਇਹ ਪਤਾ ਨਹੀਂ ਕਿਉਂ ਜੀ, ਇਹ ਪੇਰੈਂਟਸ ਨੂੰ ਮਿਲੀ ਹੋਈ ਗੱਲ ਮੈਂ ਕਹਿ ਸਕਦਾ, ਜਿਹੜੀ ਚੀਜ਼ ਬਚਪਨ ਨੂੰ ਮਿਲੀ ਹੋਵੇ ਨਾ ਉੱਥੇ ਜ਼ਿਆਦਾ ਉਹਨਾਂ ਦਾ ਅਸਰ ਰਹਿੰਦਾ ਲੋਕਾਂ ਦਾ। ਆਪਾਂ ਨੂੰ ਬਚਪਨ ਵਿੱਚ ਮਾਪਿਆਂ ਤੋਂ ਨਹੀਂ ਮਿਲੀ ਇਹੋ ਜਿਹੀਆਂ ਚੀਜ਼ਾਂ, ਤਾਂ ਆਪਾਂ ਮੁਹਤਾਜ ਰਹੇ ਜੀ, ਆਪਾਂ ਨੂੰ ਨਹੀਂ ਮਿਲੀ ਤਾਂ ਉਹ ਕਰਦੇ ਹੀ ਆ। ਨਹੀਂ ਜ਼ਿੰਦਗੀ ਭਾਵੇਂ 'ਚ ਬਣਾਇਆ ਹੋਇਆ ਆਈ ਹੋਈ ਇੱਕ ਕਿਸਮ ਦੀ ਦਾਤ ਹੈ ਮਿਲੀ। ਨਹੀਂ ਕੁਛ ਇੱਕ ਲੋਕਾਂ ਦੀ ਰਾਜਕੁਮਾਰ ਜੀ ਇਹ ਆਦਤ ਹੈ ਕਿ ਉਹਨਾਂ ਨੂੰ ਪਤਾ ਵੀ ਉਹਦੀ ਜਿਹੜੀ ਗੱਲ ਤੋਂ ਆਲੇ 10 ਬੰਦੇ ਬੈਠੇ ਨੇ ਉਹ ਦੁਖੀ ਹੁੰਦੇ ਨੇ ਉਹਦੀ ਗੱਲ ਤੋਂ, ਉਹ ਜਾਣ ਬੁੱਝ ਕੇ ਉਹ ਗੱਲ ਕਰਦਾ ਕਿ ਦੁਖੀ ਕਰਨਾ। ਹਾਂਜੀ ਹਾਂਜੀ, ਕੀ ਕਾਰਨ ਇਹਦੇ ਇਹੋ ਜਿਹਾ, ਕੀ ਸੋਚ ਹੋ ਸਕਦੀ ਇਹਦੇ ਪਿੱਛੇ? ਜੈਲਸ 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 ਕਰਨੀ। ਅੱਛਾ ਹਾਂਜੀ, ਉਹ ਮੈਂ ਤਾਂ ਇਹੀ ਕਹਿ ਸਕਦਾ ਜੀ, ਆਪਾਂ ਦਿਲ ਵਿੱਚ ਰੱਖੀ ਨਹੀਂ ਕਦੀ ਵੀ, ਕੁਛ ਵੇਖ ਕੇ ਹੀ ਰਹੇ, ਰੱਬ ਨੂੰ ਹੋ ਵੀ ਦੇਵੇ। ਚਲੋ ਬਹੁਤ ਚੰਗੀ ਗੱਲ ਹੈ ਜੀ, ਬੜੀ ਮਿਹਰਬਾਨੀ ਕਾਲ ਕਰਨ ਵਾਸਤੇ, ਬਹੁਤ ਬਹੁਤ ਸ਼ੁਕਰੀਆ ਜੀ। ਚਾਹ ਚੂ ਪੀਓ, ਤੁਸੀਂ ਢਿੱਲੇ ਜਿਹੇ ਲੱਗਦੇ ਅੱਜ। ਨਹੀਂ ਮੈਂ ਠੀਕ ਹੀ ਹਾਂ ਜੀ। ਚਲੋ ਠੀਕ, ਓਕੇ ਜੀ, ਓਕੇ, ਮਿਹਰਬਾਨੀ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜਗਦੀਸ਼ ਸਾਹਿਬ। ਵਾਹ ਜੀ ਵਾਹ, ਹਾਂਜੀ ਤੁਸੀਂ ਕਹਿੰਦੇ ਹੋ ਵੀ ਦੁਖੀ ਹੈ ਨਾ, ਦੁਖੀ ਵੀ ਜਿਹੜਾ ਦੁਖੀ ਕਰਨਾ, ਦੇਖ ਮੈਂ ਤੈਨੂੰ ਚੰਗੀ ਸਾਹਿਬ ਦਿੰਦੀ ਹਾਂ ਵਧਾਈਆਂ, ਹੈ ਨਾ ਹੈ ਚੰਗੀ ਸਾਹਿਬ। ਤੁਹਾਡੀ ਤੁਹਾਡੀ ਮੇਰੀ ਆਵਾਜ਼? ਹਾਂਜੀ ਹਾਂਜੀ, ਮੈਂ ਕਹਿੰਦਾ ਐਨ ਕੜਾਕੇਦਾਰ ਆ ਕੇ ਉੱਚਾ ਨਾ ਬੋਲ ਬੋਲੀਏ ਡਰੀਏ ਕਰਤਾਰ ਤੋਂ ਜੀ, ਉੱਚਾ ਨਾ ਬੋਲ ਬੋਲੀਏ ਡਰੀਏ ਕਰਤਾਰ ਤੋਂ ਵੀ ਮਾੜਾ ਕਹਿਣਾ ਵੀ ਬਹੁਤ ਮਾੜਾ ਹੈਗਾ, ਹੈ ਨਾ ਤੇ ਚੰਗਾ ਹੀ ਵਧੀਆ। ਤੇ ਦੁਖੀ ਤਾਂ ਅਸੀਂ ਜਦੋਂ ਸਾਨੂੰ ਰੋਗ ਲੱਗ ਜਾਂਦਾ ਨਾ ਤੇ ਉਦੋਂ ਅਸੀਂ ਹੁੰਦੇ, ਤੇ ਨਹੀਂ ਅਸੀਂ ਨੀ ਹੁੰਦੀ, ਤੇ ਮੈਂ ਤਾਂ ਨੀ ਹੁੰਦੀ। ਮੈਨੂੰ ਹੁਣ ਜਿਹੜਾ ਖੰਘ ਹੋ ਰਹੀ ਹੈ ਤੇ ਥੋੜੇ ਬਹੁਤ ਬਲੱਡ ਪ੍ਰੈਸ਼ਰ, ਤਾਂ ਵੀ ਮੈਂ ਤੁਹਾਨੂੰ ਕਾਲ ਕਰ ਲੈਂਦਾ। ਕਿਉਂ ਵੀ ਜੰਗੀ ਸਾਹਿਬ ਠੀਕ ਹੈ ਨਾ? ਜੀ ਬਿਲਕੁਲ 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 ਜੀ, ਚਲੋ ਠੀਕ। ਤੇ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਸੇ ਦੇ, ਕੋਈ ਮਾੜਾ ਹੋਵੇ ਕੰਮ ਵੀ ਚੰਗੇ ਕੰਮ ਦੀਆਂ ਖੁਸ਼ੀਆਂ ਤੇ ਮਾੜੇ ਕੰਮ ਦਾ ਹਾਦਾ ਨਾਰਾ ਜ਼ਰੂਰ ਮਾਰਨਾ ਚਾਹੀਦਾ ਜੱਗੀ ਸਾਹਿਬ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਹਾਡੀ ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਅਤੇ ਗੱਲਾਂ ਪਤਾ ਚੱਲ ਰਹੀਆਂ ਨੇ, ਵੈਸੇ ਇਹ ਇੱਕ ਆਮ ਜੀ ਗੱਲ ਹੈਗੀ ਆ, ਹੁਣ ਚਲੋ ਸਮੇਂ ਦੇ ਨਾਲ ਇਹ ਵੀ ਬਦਲ ਗਿਆ ਵੀ ਅਸੀਂ ਕਿਸੇ ਨੂੰ ਦੁਖੀ ਦੇਖ ਕੇ ਖੁਸ਼ ਨਹੀਂ ਹੁੰਦੇ ਜਾਂ ਕਿਸੇ ਨੂੰ ਸੁਖੀ ਦੇਖ ਕੇ ਦੁਖੀ ਨਹੀਂ ਹੁੰਦੇ, ਪਰ ਫਿਰ ਵੀ ਚਾਹੇ ਸਕਾ ਕੋਈ ਰਿਸ਼ਤੇਦਾਰ ਆ, ਚਾਹੇ ਕੋਈ ਭੈਣ ਭਰਾ ਹੈਗੇ ਨੇ, ਫਿਰ ਵੀ ਉਹਨਾਂ ਦੇ ਵਿੱਚ ਵੀ ਇਹੋ ਜਿਹੇ ਲੋਕ ਹੈਗੇ ਨੇ ਕਿ ਜਿਹੜੇ ਤੁਹਾਡੀ ਖੁਸ਼ੀ ਤੋਂ ਖੁਸ਼ ਨਹੀਂ ਹੁੰਦੇ, ਉੱਪਰੋਂ ਜਿੰਨਾ ਮਰਜ਼ੀ ਸ਼ੋਅ ਕਰੀ ਜਾਣ, ਤੁਹਾਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਨੇ ਰਿਸ਼ਤੇਦਾਰ ਜਿਹੜੇ ਹੈਗੇ ਹੁੰਦੇ ਆ, ਕਈ ਕਈ ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਕੁਛ ਇੱਕ ਵੀ ਹੁੰਦੇ, ਪਰ ਜ਼ਿਆਦਾਤਰ ਇਹੀ ਹੈ ਕਿ ਇੱਕ ਜੈਲਸੀ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਸਾਡੇ ਅੰਦਰ ਕੁੱਟ ਕੁੱਟ ਕੇ ਪਤਾ ਨਹੀਂ ਕਿੱਥੋਂ ਭਰੀ ਹੋਈ ਹੈ। ਮੈਨੂੰ ਤਾਂ ਲੱਗਦਾ ਆਪਣੇ ਪੰਜਾਬੀਆਂ ਦੇ ਵਿੱਚ ਹੀ ਹੈ, ਬਾਕੀਆਂ ਦੇ ਵਿੱਚ ਚੀਜ਼ ਘੱਟ ਹੈ।
ਔਰ ਮੈਂ ਸੱਚੀ ਗੱਲ ਇੱਕ ਕਰਦਾ, ਮੈਂ ਉਹ ਪਹਿਲਾਂ ਵੀ ਕਈ ਵਾਰੀ ਤੁਹਾਡੇ ਨਾਲ ਵਹਿ ਸਾਂਝੀ ਕੀਤੀ ਹੈ। ਮੈਂ ਗੱਡੀ ਲਈ ਸੀ ਨਵੀਂ, ਉਹ ਸਾਡੇ ਆ ਗਏ ਕੋਈ ਜਾਣ ਪਛਾਣ ਵਾਲੇ ਖਾਸ, ਜਿਹਨਾਂ ਨੂੰ ਕਹਿੰਦੇ ਹੁੰਦੇ ਖਾਸ ਸਮ ਖਾਸ, ਉਹ ਆ ਗਏ। ਚਾਹ ਮੂਹਰੇ ਪਈ ਆ, ਰਸਗੁੱਲੇ ਮੂਹਰੇ ਪਏ ਆ, ਤਾਂ ਰਸਗੁੱਲਾ ਅੱਗੇ ਕੀਤਾ ਜੀ ਖਾਓ ਜੀ, ਗੱਡੀ ਨਵੀਂ ਲਈ ਹੈ ਅਤੇ ਨਾ ਖਾਓ, ਉਹਨਾਂ ਨੂੰ ਕਿਹਾ ਖਾਓ। ਉਹਨਾਂ ਨੇ ਇੱਕ ਹੱਥ ਨਾਲ ਰਸਗੁੱਲਾ ਚੱਕਿਆ ਅਤੇ ਦੂਜੇ ਨਾਲ ਇਹੀ ਗੱਲ ਕਹੀ ਵੀ ਭਾਅ ਜੀ ਗੱਡੀ ਨਵੀਂ ਲੈ ਲਈ। ਮੈਂ ਕਿਹਾ ਹਾਂਜੀ। ਕਹਿੰਦੇ ਚੰਗਾ ਚੰਗਾ ਕਿਹਾ ਸੀ, ਹਫ਼ਤੇ ਬਾਅਦ ਗੱਡੀ ਠੋਕ ਗਈ, ਟੋਟਲ ਲੋਸ। ਮਤਲਬ ਪਤਾ ਨਹੀਂ ਇਹ ਚੀਜ਼ ਕਿਉਂ ਹੈ। ਹਾਂ, ਕੋਈ ਬੰਦਾ ਚੀਜ਼ ਲੈਂਦਾ ਅਤੇ ਉਹ ਆਪਦੇ ਪੈਸੇ ਨਾਲ ਲੈਂਦਾ, ਮਤਲਬ ਉਹੀ ਗੱਲ ਆ ਗਈ ਪੁਰਾਣੀ ਸਰਦੂਲ ਸਿਕੰਦਰ ਵਾਲੀ ਵੀ, ਕਿਸੇ ਨੇ ਕਾਰ ਲਈ ਹੈ ਤਾਂ ਮਤਲਬ ਮਰੂਤੀ ਲਈ ਹੈ ਅਤੇ ਉਹ ਇਹ ਨਹੀਂ ਕਹਿਣਾ ਵੀ ਮੈਂ ਉਦੋਂ ਵੱਡੀ ਸਟੀਮ ਲਵਾਂ ਜਾਂ ਵੱਡੀ ਕਾਰ ਲਵਾਂ, ਮਤਲਬ ਇਹੀ ਸੋਚਣਾ ਮਾੜਾ ਜਿਹਾ ਪਾਸੇ ਹੋ ਅਸੀਂ ਝਰੀਟਾਂ ਪਾਊਂਗਾ। ਇਹਦੇ ਕਿਉਂ ਇਹੋ ਜਿਹੀ ਫਿਤਰਤ ਬਣੀ ਹੋਈ ਹੈ, ਇਹਦੇ ਬਾਰੇ ਅੱਜ ਗੱਲ ਬੱਚਾ ਰਹੀ ਹੈ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਹੈ ਇੱਕ ਵਾਰ ਫਿਰ ਤੁਹਾਡੇ ਰੂਬਰੂ, ਅਤੇ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ ਨੇ ਕਿ ਫਿਤਰਤ ਜੀ ਇੱਕ ਬਣੀ ਹੋਈ ਆ, ਆਦਤ ਜੀ ਬਣੀ ਹੋਈ ਆ ਕਿ ਦੂਜਿਆਂ ਨੂੰ ਦੁਖੀ ਦੇਖ ਕੇ ਤਾਂ ਬੰਦਾ ਜ਼ਿਆਦਾ ਖੁਸ਼ ਰਹਿੰਦਾ, ਖੁਸ਼ ਪਤਾ ਨਹੀਂ ਰਿਲੈਕਸ ਹੋ ਜਾਂਦਾ, ਕੀ ਹੁੰਦਾ ਦਿਮਾਗੀ ਤੌਰ 'ਤੇ ਹੋ ਜਾਂਦਾ ਇੱਕ ਉਹ ਵੀ ਗੱਲ ਹੈ। ਤਾਂ ਵੀ ਕੋਈ ਬੰਦੇ ਨੇ ਕਿਸੇ ਦੇ ਪੈਸੇ ਦੇਣੇ ਸੀਗੇ, ਅਗਲੇ ਦਿਨ ਦੀ ਕਮਿਟਮੈਂਟ, ਬੰਦਾ ਚੰਗਾ ਸੀ, ਅਗਲੇ ਦਿਨ ਦੀ ਕਮਿਟਮੈਂਟ ਸੀਗੀ ਵੀ ਤੈਨੂੰ ਮੈਂ 11 ਵਜੇ ਸਵੇਰੇ ਪੈਸੇ ਦੇ ਦੂੰ, ਪੈਸਿਆਂ ਦਾ ਪ੍ਰਬੰਧ ਕਿਤੇ ਹੋਇਆ ਨਹੀਂ। ਅਤੇ ਰਾਤ ਨੂੰ ਜਦੋਂ ਪਏ ਅਤੇ ਸੁੱਤੇ ਤਾਂ ਘਰ ਵਾਲੀ ਸੌਂ ਗਈ, ਅੱਖ ਉੱਖ ਲੱਗੀ, ਉਹਨੂੰ ਉੱਠ ਕੇ ਦੇਖਿਆ ਜਾਗ ਖੁੱਲ੍ਹੀ ਅਤੇ ਘਰ ਵਾਲਾ ਤੁਰਿਆ ਫਿਰਦਾ, ਕਦੇ ਇੱਧਰ ਨੂੰ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਕਦੇ ਉੱਧਰ ਨੂੰ ਕਦੇ ਉੱਧਰ। ਉਹ ਕਹਿੰਦੀ ਵੀ ਸੌਂ ਜਾਓ ਚੁੱਪ ਕਰਕੇ। ਉਹ ਕਹਿੰਦਾ ਵੀ ਮੈਨੂੰ ਭਗਵਾਨ ਨੇ ਨੀਂਦ ਨਹੀਂ ਆ ਰਹੀ, ਮੈਂ ਕਮਿਟਮੈਂਟ ਕੀਤੀ ਕੱਲ੍ਹ ਨੂੰ 11 ਵਜੇ ਪੈਸੇ ਦੇਣ ਦੀ, ਅਤੇ ਉਹ ਮੈਂ ਕੋ ਅਰੇਂਜ ਹੋਏ ਨਹੀਂ, ਤਾਂ ਮੈਨੂੰ ਟੈਨਸ਼ਨ ਹੈਗੀ ਮੈਂ ਉਹਨੂੰ ਸਵੇਰੇ ਕੀ ਜਵਾਬ ਦੇਵਾਂਗਾ। ਘਰ ਵਾਲੀ ਸਿਆਣੀ ਸੀ, ਉਹਨੇ ਫੋਨ ਚੱਕਿਆ ਸਿੱਧਾ, ਜਿਹਦੇ ਪੈਸੇ ਦੇਣੇ ਸੀ ਉਹਨੂੰ ਮਨਾਇਆ, ਉਹਨੇ ਕਿਹਾ ਭਾਈ ਸਾਹਿਬ ਮਾਫ਼ੀ ਚਾਹੁੰਦੇ ਹਾਂ, ਚੰਗਾ ਸਮਝੋ ਮਾੜਾ ਸਮਝੋ, ਪਰ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ, ਸਾਡੇ ਕੋਲ ਪੈਸਿਆਂ ਦਾ ਅਰੇਂਜਮੈਂਟ ਹੋ ਨਹੀਂ ਸਕਿਆ, ਹੁਣ ਕੱਲ੍ਹ ਨੂੰ ਪੈਸੇ ਸਾਡੇ ਕੋਲ ਦੇ ਨਹੀਂ ਹੋਣੇ, ਸਾਨੂੰ ਹੋਰ ਟਾਈਮ ਚਾਹੀਦਾ, ਇਹਨੂੰ ਜੋ ਮਰਜ਼ੀ ਸਮਝੋ, ਗੁੱਸੇ ਹੋ ਰਾਜ਼ੀ ਹੋ, ਚਲੋ ਜੀ ਇੰਨਾ ਕਹਿ ਕੇ ਉਹਨੇ ਫੋਨ ਕੱਟਤਾ। ਹੁਣ ਕਹਿੰਦੀ ਵੀ ਤੁਸੀਂ ਆਰਾਮ ਨਾਲ ਸੁਵੋ, ਹੁਣ ਉਹ ਜਾਗੂਗਾ ਜਿਹਨੇ ਅੱਗੇ ਕਮਿਟਮੈਂਟ ਕੀਤੀ ਹੋਣੀ ਹੈ। ਸੋ ਅਗਲੇ ਨੂੰ ਦੁਖੀ ਕਰਕੇ ਆਪ ਬੰਦਾ ਰਿਲੈਕਸ ਹੋ ਜਾਂਦਾ, ਪਤਾ ਨਹੀਂ ਕਿਉਂ। ਕੀ ਵਿਚਾਰ ਨੇ ਤੁਹਾਡੇ, ਕਾਲਾਂ ਲੈਂਦੇ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੌਣ ਬੋਲਦੇ? ਹਾਂਜੀ ਮੈਂ ਪਰਮਜੀਤ ਕੌਰ ਬੋਲ ਰਹੀ ਹਾਂ, ਕੈਲੀਫੋਰਨੀਆ ਤੋਂ। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ ਬਹੁਤ ਬਹੁਤ ਜੀ। ਥੈਂਕ ਯੂ। ਮੈਨੂੰ ਗੱਲ ਯਾਦ ਆ ਗਈ, ਬਈ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਮੋਸਟਲੀ ਵੀ ਲੋਕ ਖੁਸ਼ ਕਿਉਂ ਹੁੰਦੇ? ਮੇਰਾ ਖਿਆਲ ਜਿਵੇਂ ਹੁੰਦਾ ਨਾ, ਉਹਨਾਂ ਨੂੰ ਆਪਣੀ ਥਾਲੀ ਦਾ ਲੱਡੂ ਫਿਰ ਵੱਡਾ ਲਗਾਉਣ ਵਾਸਤੇ, ਉਹ ਦੂਜੇ ਨੂੰ ਤੰਗ ਦੁਖੀ ਹੁੰਦਿਆਂ ਦੇਖਦੇ ਤਾਂ ਉਹਨੂੰ ਲੱਗਦਾ ਵੀ ਮੇਰੇ ਕੋਲ ਜੋ ਅਚੀਵ ਕੀਤਾ ਨਾ, ਵੀ ਮੈਨੂੰ ਥੋੜਾ ਜਿਹਾ ਇੰਝ ਲੱਗਦਾ ਵੀ ਮੈਂ ਜ਼ਿਆਦਾ ਸੌਖਾ ਹੋ ਗਿਆ। ਮੈਨੂੰ ਗੱਲ ਯਾਦ ਆ ਵੀ ਚੰਡੀਗੜ੍ਹ ਮੈਂ ਬੈਠੀ ਸੀ ਕਿਸੇ ਦੇ ਘਰ, ਆਪਣੀ ਫਰੈਂਡ ਦੇ ਘਰ, ਉਹਦਾ ਭਰਾ ਨਾ 10ਵੀਂ ਦੇ ਵਿੱਚ ਫੇਲ ਹੋ ਗਿਆ। ਅੱਛਾ ਜੀ। ਤੇ 10ਵੀਂ ਉਹਦਾ ਰਿਜ਼ਲਟ ਆਇਆ ਹੋਇਆ, ਤੇ ਉਹ ਬੈਠੇ ਉਦਾਸ ਜੇ ਸੀ, ਮੈਂ ਤਾਂ ਉਦਾਂ ਚਲੇ ਗਈ, ਤੇ ਉਹ ਬੈਠਿਆ ਮੇਰੇ ਨਾਲ ਗੱਲਾਂ ਕਰਦੇ ਵੀ ਏਦਾਂ ਹੋ ਗਿਆ, ਉਹ ਭਰਾ ਵੀ ਨੀ ਮੋਹ ਝੂਣਾ ਜਿਹਾ ਹੋਇਆ ਬੈਠਾ, ਤੇ ਇੰਨੇ ਨੂੰ ਨਾ ਗੁਆਂਢੀਆਂ ਦਾ ਮੁੰਡੇ ਦਾ ਕਲਾਸ ਪਹਿਲੋਂ ਆਇਆ ਭੱਜਿਆ ਭੱਜਿਆ। ਅੱਛਾ ਜੀ। ਉਹਨੂੰ ਆ ਕੇ ਕਹਿੰਦਾ ਵੀ ਰਾਜਦੀਪ, ਤੈਨੂੰ ਪਤਾ ਹੈ ਤੇਰਾ ਰਿਜ਼ਲਟ ਆ ਗਿਆ, ਤੈਨੂੰ ਪਤਾ ਆਪਣਾ 10ਵੀਂ ਦਾ ਰਿਜ਼ਲਟ ਆ ਗਿਆ, ਹੁਣ ਉਹਨੂੰ ਤਾਂ ਪਤਾ ਸੀ ਵੀ ਮੈਂ ਫੇਲ ਹੈ। ਉਹ ਕਹਿੰਦਾ ਅੱਛਾ, ਉਹਨੇ ਏਦਾਂ ਹੀ ਪ੍ਰਟੈਂਡ ਕੀਤਾ, ਕਹਿੰਦਾ ਅੱਛਾ ਮੈਂ ਦੇਖਿਆ ਨੀ, ਦੇਖਦਾ, ਕਹਿੰਦਾ ਮੈਂ ਦੇਖ ਲਿਆ ਤੂੰ ਫੇਲ ਹੈ, ਇੰਨਾ ਕਹਿ ਕੇ ਨਾ ਮੈਂ ਦੇਖ ਲਿਆ ਤੂੰ ਫੇਲ ਹੈ। ਮੁੜ ਗਿਆ ਉਹ ਮੁੰਡਾ ਚੁੱਪ ਕਰਕੇ ਰੋਣ ਲੱਗ ਗਿਆ, ਹੋਰ ਵਿਚਾਰਾ ਹੈ ਨਾ। ਮੈਂ ਦੇਖਿਆ, ਮੈਂ ਕਿਹਾ ਵੀ ਮੁੰਡੇ ਨੂੰ ਕੀ ਮਿਲਿਆ, ਉਹਨੂੰ ਪਤਾ ਵੀ ਸੀ, ਉਹਨੂੰ ਸਿਰਫ ਦੱਸਣ ਆਇਆ, ਔਰ ਉਹਨੂੰ ਇੱਕ ਦੇਖੋ ਹਜੇ ਆਪਾਂ ਕਹਿੰਦੇ ਨਿਆਣਿਆਂ ਨੂੰ ਹੁੰਦਾ ਦੁੱਖ, ਉਹ ਨਿਆਣਿਆਂ ਵਿੱਚ ਵੀ ਹੈ, ਜਸੋ ਚਾਈਲਡਿਸ਼। ਤੇ ਉਹ ਮੈਂ ਦੇਖਿਆ ਵੀ ਲੋਕਾਂ ਨੂੰ ਆਪਣੇ ਸੁੱਖ ਦੀ ਪੂਰਤੀ ਕਰਨ ਵਾਸਤੇ ਨਾ ਉਹ ਜਦ ਦੂਜਿਆਂ ਦੇ ਹੰਝੂ ਚੋਂ ਆਪਣੀ ਖੁਸ਼ੀ ਲੱਭਦੇ ਨੇ, ਵਿਚ ਇਜ਼ ਵੈਰੀ ਸੈਡ। ਇਹ ਦੇਖੋ ਜੀ, ਤਕਰੀਬਨ ਜ਼ਿਆਦਾਤਰ ਚੀਜ਼ਾਂ ਹੈਗੀਆਂ ਨੇ, ਪਰ ਚਲੋ ਅੱਜ ਕੱਲ੍ਹ ਅਸੀਂ ਸੋਚਦੇ ਕਿ ਸ਼ਾਇਦ ਘੱਟ ਗਈਆਂ, ਪਰ ਇਹ ਸਕੇ ਰਿਸ਼ਤੇਦਾਰਾਂ ਦੇ ਵਿੱਚ ਵੀ ਇਹ ਚੀਜ਼ ਮੌਜੂਦ ਹੈਗੀ ਆ, ਈਵਨ ਭੈਣਾਂ ਭਰਾਵਾਂ ਦੇ ਵਿੱਚ ਵੀ ਇਹ ਚੀਜ਼ ਮੌਜੂਦ ਹੈਗੀ ਆ ਵੀ ਉਹਦੇ ਕੋਲ ਐਡੀ ਚੀਜ਼ ਤੇ ਮੇਰੇ ਕੋਲ ਆ ਕਿਉਂ ਨਹੀਂ, ਉਹਦੀ ਮਿਹਨਤ ਨਹੀਂ ਦੇਖਣੀ ਉਹਨਾਂ ਨੇ। ਹਾਂਜੀ ਹਾਂਜੀ, ਕੰਪੀਟ ਮੁਕਾਬਲਾ ਕਰਨ ਲੱਗ ਗਏ, ਕੋਈ ਚੀਜ਼ ਕੰਪੀਟੀਸ਼ਨ ਹੁੰਦਾ ਨਾ ਜਦੋਂ ਉਹਨਾਂ ਨੂੰ ਲੱਗਦਾ ਵੀ ਦੂਜਾ। ਕਈ ਇਹ ਵੀ ਕਾਰਨ ਹੁੰਦਾ ਜੇ ਕੋਈ ਬੰਦਾ ਬਹੁਤੀਆਂ ਫੜਾ ਮਾਰੇ, ਉਹਨਾਂ ਨੂੰ ਇੰਝ ਲੱਗਦਾ ਵੀ ਹੁਣ ਇਹਦੀ ਪਿੱਠ ਜੀ ਲੱਗੀ ਵੀ ਹੁਣ ਸੁਲ ਜਾਏ, ਹੈ ਨਾ। ਆ ਲਫ਼ਜ਼ ਮੈਨੂੰ ਜ਼ਿਆਦਾ ਵਧੀਆ ਲੱਗਿਆ, ਵੀ ਖੁਸ਼ ਹੁੰਦੇ ਹੁੰਦੇ ਆ। ਹਾਂਜੀ ਹਾਂਜੀ, ਭਈ ਇਹ ਸਾਰਿਆਂ ਨੂੰ ਥੱਲੇ ਲਾਉਂਦਾ ਸੀ ਵੀ ਅੱਜ ਪਤਾ ਲੱਗਿਆ, ਹਾਂ ਦੂਜੇ ਦੀ ਪਿੱਠ ਲਾ ਕੇ ਅਸੀਂ ਖੁਸ਼ ਹਾਂ। ਹਾਂਜੀ ਹਾਂਜੀ, ਬਈ ਇਹ ਹਾਂ ਮਤਲਬ ਈਵਨ ਘਰਾਂ ਤੱਕ ਇਹ ਚੀਜ਼ਾਂ
ਵੜੀਆਂ ਹੋਈਆਂ ਨੇ ਸਾਡੇ ਘਰਾਂ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਵੜੀਆਂ ਹੋਈਆਂ ਨੇ। ਅਗਰ ਦੋ ਜਣੇ ਬੈਠੇ ਨੇ, ਕੁਛ ਕੋਈ ਹੋਰ ਆਇਆ ਉਹਦੇ ਅੱਗੇ ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ, ਬਿਲਕੁਲ ਇਹ ਚੀਜ਼ ਬਹੁਤ ਜ਼ਿਆਦਾ। ਸਾਡੇ ਨੰਬਰ ਬਣਨ, ਅਸੀਂ ਬਹੁਤਾ ਚੰਗਾ ਲੱਗੀਏ, ਆਪਣੇ ਆਪ ਨੂੰ ਚੰਗਾ ਦਰਸਾਉਣ ਲਈ ਅਸੀਂ ਦੂਜਿਆਂ ਦੇ ਮੋਢਿਆਂ ਦੂਜਿਆਂ ਦੇ ਪੈਰ ਰੱਖਣ ਨਾਲ ਗੁਰੇਜ਼ ਨਹੀਂ ਕਰਦੇ ਵਿੱਚ। ਚੰਡੀਗੜ੍ਹ ਕਿਹੜੀ ਜਗ੍ਹਾ ਸੀਗੇ ਭੈਣ ਜੀ? ਗੱਲ ਕਰਕੇ ਚੰਡੀਗੜ੍ਹ ਕਿਹੜੀ, ਚੰਡੀਗੜ੍ਹ ਕਿਹੜੀ ਜਗ੍ਹਾ ਸੀਗੇ? ਚੰਡੀਗੜ੍ਹ ਅਸੀਂ ਸੈਕਟਰ 35 ਚ ਰਹਿੰਦੇ ਸੀ। ਵਾਹ ਜੀ ਵਾਹ, ਅਸੀਂ ਵੀ ਚੰਡੀਗੜ੍ਹ ਹੀ ਕਾਫੀ ਦੇਰ, ਮੇਰੇ ਖਿਆਲ 81-82 ਤੋਂ ਚੰਡੀਗੜ੍ਹ ਹੀ ਰਹੇ ਮੈਂ ਵੀ। ਤੇ ਅੱਛਾ ਜੀ, ਮੇਰੇ ਖਿਆਲ ਮੈਂ ਉਦੋਂ, ਤੁਸੀਂ ਉਦੋਂ ਜਦੋਂ ਸ਼ੁਰੂ ਸ਼ੁਰੂ ਪਰਮਿੰਦਰ। ਹਾਂਜੀ ਪਰਮਿੰਦਰ, ਕੀ ਕਹਿਣਾ ਚਾਹੁੰਦੇ ਹੋ? ਇਹ ਹੈਗਾ ਜੈਲਸੀ ਟਾਈਪ, ਜੈਲਸੀ ਲਫ਼ਜ਼ ਹੁੰਦਾ ਤਕਰੀਬਨ ਸਭ ਦੇ ਵਿੱਚ ਜਾਂ ਕਈਆਂ ਵਿੱਚ ਨਹੀਂ ਵੀ ਹੁੰਦਾ? ਉਹ ਮੈਂ ਇੱਕ ਚੀਜ਼ ਕਹਿਣਾ ਮੰਗਦੀ ਸੀ। ਹਾਂਜੀ ਹਾਂਜੀ, ਮੇਰਾ ਭਰਾ ਹੈਗਾ ਹੈ ਨਾ ਪੰਜਾਬੀ ਆ, ਤੇ ਉਹਦੀ ਗਰਲਫ੍ਰੈਂਡ ਹੈਗੀ ਹੈ ਜੀ ਉਹ ਮੈਕਸੀਕਨ। ਅੱਛਾ, ਤੇ ਉਹਨੂੰ ਸਮਝ ਨਹੀਂ ਲੱਗਦੀ ਕਿ ਮੰਮੀ ਜੀ ਨੂੰ ਕਿੱਦਾਂ ਦੱਸਣਾ ਆ ਕਿ ਉਹ ਹੈਗੀ ਮੈਕਸੀਕਨ ਆ। ਭਰਾ ਨੂੰ ਕਹੋ ਸਿਖਾ ਦੂ ਪੰਜਾਬੀ, ਸਿਖਾ ਦੇਣੀ ਉਹਨੇ ਜੀ, ਦੇਖੋ ਲੱਗਦੀ। ਠੀਕ ਹੈ ਠੀਕ, ਚਲੋ ਤੁਸੀਂ ਨਾ ਭਰਾ ਨੂੰ ਕਹੋ, ਮੈਨੂੰ ਫੋਨ ਕਰੂਗੇ ਤੇ ਮੈਂ ਉਹਨੂੰ ਦੱਸ ਦੂੰਗਾ ਵੀ ਕਿਵੇਂ ਗੱਲ ਕਰਨੀ ਆ ਮੈਂ। ਚਲੋ ਚਲੋ, ਤੁਸੀਂ ਕੀ ਕਰਦੇ ਹੋ, ਸਟੱਡੀ ਕਰਦੇ ਹੋ ਪਰਮਿੰਦਰ? ਨਹੀਂ ਨਹੀਂ ਹੈ ਨਾ, ਮੈਂ ਕੰਮ ਕਰਦੀ ਹਾਂ, ਸਟੱਡੀ ਮੇਰੀ ਫਟ ਗਈ। ਅੱਛਾ ਚਲੋ ਠੀਕ ਹੈ ਠੀਕ ਹੈ, ਚਲੋ ਹਾਂਜੀ, ਥੈਂਕ ਯੂ ਤੁਹਾਡਾ, ਥੈਂਕ ਯੂ। ਨਵਾਂ ਹੀ ਕੇਸ ਆਇਆ, ਖੈਰ ਚਲੋ ਫੋਨ ਕੀਤਾ ਉਹਨਾਂ ਨੇ, ਪ੍ਰੋਗਰਾਮ ਦੇਖਦੇ ਨੇ ਔਰ ਨਾਲ ਦੀ ਨਾਲ ਸਲਾਹ ਲਈ ਹੈ। ਵੈਸੇ ਇਹਦਾ ਸਵਾਲ ਮੈਂ ਕੱਲ੍ਹ ਨੂੰ ਜਵਾਬ ਦੇਊਂਗਾ, ਇਹਦਾ ਇਸ ਸਵਾਲ ਦਾ ਜਵਾਬ ਮੈਂ ਜ਼ਰੂਰ ਦੇਊਂਗਾ, ਪਰ ਕੱਲ੍ਹ ਨੂੰ ਤੁਹਾਡਾ ਇਹਦਾ ਜਵਾਬ ਦੇਊਂਗਾ, ਕਿਉਂਕਿ ਕੱਲ੍ਹ ਨੂੰ ਸਵਾਲਾਂ ਦੇ ਜਵਾਬਾਂ ਦਿਨ ਹੁੰਦਾ। ਕੱਲ੍ਹ ਨੂੰ ਤੁਸੀਂ ਪਰਮਿੰਦਰ, ਕੱਲ੍ਹ ਨੂੰ ਸੁਣਿਓ ਇਹਦਾ ਜਵਾਬ, ਵਧੀਆ ਜਿਹਾ ਫਨੀ ਜਿਹਾ ਕੋਸ਼ਿਸ਼ ਕਰਕੇ ਲੈ ਕੇ ਆਊਂਗਾ। ਫਿਲਹਾਲ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਆਖਰੀ ਪੜਾਅ ਪ੍ਰੋਗਰਾਮ ਦਾ, ਫਟਾਫਟ ਲੈਂਦੇ ਹਾਂ ਕਾਲਾਂ, ਜਾਣਦੇ ਹਾਂ ਤੁਹਾਡੇ ਵਿਚਾਰ ਜੀ। ਹੈਲੋ ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿੱਕੀ ਜੀ। ਹਾਂਜੀ, ਅੱਛਾ ਸਤਨਾਮ ਸਿੰਘ ਜੀ, ਤੁਸੀਂ ਕਹਿੰਦੇ ਕਿ ਉਹਨੂੰ ਕਿੱਦਾਂ ਜੀ ਉਹ ਗੱਲ ਸਮਝਾਇਓ, ਕੁੜੀ ਕਹਿੰਦੀ ਹਾਂਜੀ ਪਹਿਲਾਂ ਉਹਨੂੰ ਉਹਦੀ ਗੱਲ ਸਿੱਖੋ, ਆਪਣੀ ਉਹਨੂੰ ਸਿਖਾ ਲਓ। ਅੱਛਾ ਜੀ, ਹਾਂ ਉਹ ਤੇ ਆਪਣੀ ਸਿੱਖੋ ਸਿਖਾ ਲਓ, ਉਹ ਤੇ ਉਹਦੀ ਸਿੱਖੋ। ਨਹੀਂ ਅਸੀਂ, ਨਹੀਂ ਨਹੀਂ ਸਤਨਾਮ ਸਿੰਘ ਜੀ, ਕੁੜੀ ਤਾਂ ਸਿਖਾ ਦੂਗੀ, ਕੁੜੀ ਅੰਗਰੇਜ਼ੀ ਬੋਲਦੀ, ਮੈਕਸੀ ਉਹ ਵੀ ਅੰਗਰੇਜ਼ੀ ਬੋਲਦੀ ਹੋਊਗੀ, ਗੱਲ ਹੈਗੀ ਮੰਮੀ ਡੈਡੀ ਦੀ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ। ਮੇਰੇ ਨਾਲ ਬੰਦਾ ਕੰਮ ਕਰਦਾ ਰਿਹਾ ਮੈਕਸੀਕਨ, ਉਹ ਬਿਨਾ ਸਪੈਨਿਸ਼ ਤੋਂ ਕੋਈ ਗੱਲ ਨਹੀਂ ਜਾਣਦਾ ਰਿਹਾ। ਅੱਛਾ, ਉਹਨੂੰ ਫਿਰ ਮੈਂ ਪੁੱਛਿਆ, ਮੈਂ ਕਿਹਾ ਕਿ ਉਹ ਹੋਰੇ ਜੀ ਹੋਰ ਹੋਰ ਗੱਲ ਕਰੇ, ਉਹਨੂੰ ਮੈਂ ਕਿਹਾ ਤੂੰ ਨੂੰ ਮੈਂ ਸਿਖਾ ਲੂੰ ਇੰਗਲਿਸ਼, ਅੱਛਾ ਔਰ ਤੂੰ ਮੈਨੂੰ ਸਿਖਾ ਸਪੈਨਿਸ਼। ਅੱਛਾ, ਹਾਂ ਉਹਨੂੰ ਸਿਖਾ, ਫਿਰ ਉਹਨੇ ਤਾਂ ਦੱਸ ਕੇ ਉਹ ਬੜੀ ਅੱਛੀ ਹੌਲੀ ਹੌਲੀ ਉਹ ਇੰਗਲਿਸ਼ ਗੱਲ ਪੂਰੀ ਕਰਨ ਲੱਗ ਪਿਆ। ਜੀ 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 ਜੀ, ਚਲੋ ਚਲੋ ਮਿਹਰਬਾਨੀ। ਜੈਲਸੀ ਬਾਰੇ ਕੀ ਸਤਨਾਮ ਜੀ, ਜੈਲਸੀ ਬਾਰੇ ਕੀ ਕਹਿਣਾ ਚਾਹੁੰਦੇ? ਜੈਲਸੀ, ਜੈਲਸੀ ਜਿਹੜੀ ਅਸੀਂ ਦੂਜੇ ਨੂੰ ਦੁਖੀ ਦੇਖ ਕੇ ਖੁਸ਼ ਹੁੰਦੇ ਹਾਂ, ਉਹਦਾ ਕੀ ਕਹਿਣਾ ਚਾਹੁੰਦੇ? ਚਲੋ ਮਿਹਰਬਾਨੀ ਜੀ, ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਕੌਣ ਬੋਲਦੇ ਜੀ? ਮੈਂ ਜਗਤਾਰ ਜੱਗੀ ਬੋਲਦਾ ਜੀ, ਤੁਸੀਂ ਸਰ ਕੌਣ? ਮੈਂ ਸਕਲਵੁੱਡ ਤੋਂ ਬੋਲਦਾ, ਕੇਦਾਰਨਾਥ ਜੀ। ਹਾਂਜੀ ਕੇਦਾਰਨਾਥ ਜੀ, ਬੋਲੋ ਕੀ ਕਹਿਣਾ ਚਾਹੁੰਦੇ, ਤੁਹਾਡੀ ਕਾਲ ਜਿਹੜੀ ਉਹ ਲਾਈਵ ਲੱਗੀ ਹੋਈ ਹੈ। ਹਾਂ ਮੈਂ ਕਈ ਵਾਰੀ ਤੁਹਾਨੂੰ ਕਿਹਾ ਕਾਲ ਕੀਤੀ ਬਹੁਤ ਵਾਰੀ, ਉਹ ਸਾਨੂੰ ਮਨੀ ਮੈਟਰ ਦੇ ਵਾਲੇ ਕੋਈ ਦੱਸਿਆ ਕਰੋ ਖਬਰ ਜੀ। ਮੈਂ ਉਹ ਦੱਸਿਆ ਹੋਇਆ, ਕਿਹਾ ਹੋਇਆ ਚੈਨਲ ਨੂੰ, ਕਿਹਾ ਤੁਹਾਡੀ ਖਬਰ, ਤੁਹਾਡੀ ਗੱਲ ਪਹੁੰਚਾਤੀ ਸੀਗੀ, ਉਹ ਹੁਣ ਕਦੋਂ ਸ਼ੁਰੂ ਕਰਦੇ ਆ,
ਇਹ ਹੁਣ ਦੇਖਦੇ ਹਾਂ। ਮੈਂ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾ ਦਿੱਤਾ ਸੀ, ਬੜੀ ਮਿਹਰਬਾਨੀ ਕਾਲ ਕਰਨ ਵਾਸਤੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ, ਸਮਾਂ ਮੁੱਕਣ ਵਾਲਾ ਪ੍ਰੋਗਰਾਮ ਦਾ। ਹੈਲੋ, ਸਤਿ ਸ਼੍ਰੀ ਅਕਾਲ ਜੱਗੀ, ਜੱਗੀ ਜੀ ਸਤਿ ਸ਼੍ਰੀ ਅਕਾਲ, ਮੈਂ ਗੁਰਦੇਵ ਢੀਂਡਸਾ ਬੋਲ ਰਿਹਾ ਲੋਸ ਐਂਜਲਸ ਤੋਂ। ਜੀ ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ, ਆਖਰੀ ਕਾਲ ਹੋਏਗੀ ਤੁਹਾਡੀ। ਹਾਂਜੀ ਜੱਗੀ ਸਾਹਿਬ, ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜਾ ਸਬਜੈਕਟ ਆ ਅੰਜਾਨ ਸਾਹਿਬ ਤੁਹਾਨੂੰ ਸਾਰਾ ਕੁਛ ਸਮਝਾ ਗਏ ਆ। ਵਾਹ ਜੀ ਵਾਹ, ਕਿ ਇਹ ਜਿਹੜੀਆਂ ਅੱਜ ਦਾ ਸਬਜੈਕਟ ਆ, ਇਹ ਇਨਸਾਨ ਦੇ ਲੋਅਰ ਲੈਵਲ ਦੀਆਂ ਥਿੰਕਿੰਗ ਆ। ਆਪਾਂ ਨੂੰ ਹਾਇਰ ਲੈਵਲ ਦੇ ਥਿੰਕਿੰਗ ਦੇ ਜਾਈਏ, ਉੱਥੇ ਆਪਣੀ ਸੋਚ ਰੱਖਣੀ ਚਾਹੀਦੀ ਹੈ, ਤਾਂ ਕਿ ਆਪਾਂ ਨੂੰ ਜੋ ਪੀਸ ਆਫ ਮਾਇੰਡ ਦੀ ਜੋ ਸਾਰੀ ਗੱਲ ਦੁਨੀਆ ਵਿੱਚ ਸਕੂਨ ਦੀ ਗੱਲ, ਉਹ ਪੀਸ ਆਫ ਮਾਇੰਡ ਦੀ। ਜੀ ਬਿਲਕੁਲ 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 ਜੀ, ਇਹ ਜਿਹੜੀਆਂ ਸੋਚਾਂ ਨੇ ਕਿ ਆਪਾਂ ਖੁਸ਼ ਹੁੰਦੇ ਹਾਂ ਕਿ ਉਹਦਾ ਨੁਕਸਾਨ ਹੋ ਰਿਹਾ ਜੇ ਵੋ, ਆਪਾਂ ਇਹਨਾਂ ਸੋਚਾਂ ਦੇ ਵਿੱਚ ਨਹੀਂ ਜਾਣਾ ਚਾਹੀਦਾ। ਆਪਾਂ ਨੂੰ ਗਾਂ ਉੱਚੀਆਂ ਸੋਚਾਂ, ਉੱਪਰ ਲੈਵਲ ਜੋ ਇਨਸਾਨੀਅਤ ਦਾ ਲੈਵਲ ਆ, ਉਹ 'ਤੇ ਚੱਲਣਾ ਚਾਹੀਦਾ ਜੀ, ਤਾਂ ਕਿ ਜਿਹੜੇ ਨੈਗੇਟਿਵ ਸੋਚਾਂ ਦਿਮਾਗ 'ਚ ਆਉਣ, ਅਤੇ ਉਹਦੇ ਨਾਲ ਆਪਣੀ ਵੀ ਜ਼ਿੰਦਗੀ ਸੁਖਾਲੀ, ਪੀਸ ਆਫ ਮਾਇੰਡ ਆਪਾਂ ਨੂੰ ਮਿਲੇਗਾ। ਬਿਲਕੁਲ ਬਿਲਕੁਲ, ਉਹ ਤੋਂ ਆਪਣੇ ਦੂਸਰੇ ਵੀ ਟਰਬਲ ਜਿਹੜੀਆਂ, ਤੁਹਾਨੂੰ ਪਤਾ ਅੱਜ ਸੋਸ਼ਲ ਜ਼ਿੰਦਗੀ 'ਚ ਅੱਜ ਕੱਲ੍ਹ ਦੀ ਜਿਹੜੀ ਜ਼ਿੰਦਗੀ ਆ, ਉਹ ਤੋਂ ਬਚੇ ਰਹਾਂਗੇ ਜੀ। ਮਿਹਰਬਾਨੀ ਢਿੰਡਸਰ ਸਾਹਿਬ, ਬਹੁਤ ਮਿਹਰਬਾਨੀ, ਇਸ ਪ੍ਰੋਗਰਾਮ ਅੱਗੇ ਆ ਗਿਆ ਨਹੀਂ ਦਿੰਦਾ ਸਮਾਂ ਜਿਹੜਾ ਹੈਗਾ, ਗੱਲਬਾਤ ਉਹੀ ਆ ਗਈ ਜੀ, ਜਿਵੇਂ ਕਹਿੰਦੇ ਹੁੰਦੇ ਸੌ ਥਰੱਸਾ ਸਿਰੇ 'ਤੇ ਗੰਢ, ਜਿਵੇਂ ਅੰਜਾਨ ਸਾਹਿਬ ਨੇ ਕਿਹਾ ਜਾਂ ਫਿਰ ਢਿੰਡਸਰ ਸਾਹਿਬ ਨੇ ਕਿਹਾ। ਮੈਂ ਵੀ ਇਹੀ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਰੱਬ ਦੇ ਸ਼ੁਕਰ ਵਿੱਚ ਰਹਿਣ ਵਾਲੇ ਨੇ ਜਾਂ ਜਿਹਨਾਂ ਦੀ ਸੋਚ ਹੈਗੀ ਇਸ ਤਰ੍ਹਾਂ ਦੀ, ਉਹ ਨਹੀਂ ਇਸ ਗੱਲ ਪਿੱਛੇ ਜਾਂਦੇ ਵੀ ਉਹ ਦੁਖੀ ਆ, ਉਹ ਖੁਸ਼ ਹੈ। ਜਿਨ੍ਹਾਂ ਦਾ ਪੀਸ ਆਫ ਮਾਇੰਡ ਨਹੀਂ ਹੈ, ਉਹ ਜ਼ਰੂਰ ਜਾਂਦੇ ਨੇ, ਉਹ ਜ਼ਰੂਰ ਖੁਸ਼ ਹੁੰਦੇ ਨੇ, ਦੂਜਿਆਂ ਨੂੰ ਦੇਖ ਕੇ ਦੁਖੀ ਦੇਖ ਕੇ ਖੁਸ਼ ਹੁੰਦੇ ਆ, ਖੁਸ਼ ਦੇਖ ਕੇ ਦੁਖੀ ਹੁੰਦੇ ਨੇ, ਉਹਨਾਂ ਦੇ ਦਿਮਾਗ 'ਚ ਇਹ ਚੀਜ਼ ਭਰੀ ਹੁੰਦੀ ਹੈ, ਉਹਨਾਂ ਦਾ ਧਿਆਨ ਸਿਰਫ ਸਿਰਫ ਇੱਧਰ ਹੀ ਰਹਿੰਦਾ, ਹੋਰ ਕਿਸੇ ਚੱਜ ਦੇ ਪਾਸੇ ਜਾਂਦਾ ਹੀ ਨਹੀਂ ਹੈਗਾ। ਸੋ ਬੜੀਆਂ ਵਧੀਆ ਗੱਲਾਂ ਅੱਜ ਹੋਈਆਂ, ਇਹਦੇ 'ਚੋਂ ਵੀ ਜ਼ਰੂਰ ਕਿਸੇ ਨਾ ਕਿਸੇ ਨੂੰ, ਕਿਸੇ ਨਾ ਕਿਸੇ ਦੀ ਗੱਲ 'ਚੋਂ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਿਆ ਹੋਏਗਾ। ਸੋ ਮੈਨੂੰ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਵੈਸਟ ਕੋਸਟ ਦੇ ਵਿੱਚ ਜਾਂ ਖਾਸ ਤੌਰ 'ਤੇ ਗੱਲ ਕਰੀਏ ਕੈਲੀਫੋਰਨੀਆ ਦੀ, ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362, 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।